ਸੋ ਅੱਜ ਆਪਾਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਨੇਚਾ ਦੀ ਬਰਕਤ ਦੇ ਬਾਰੇ ਵਿੱਚ ਸਿੱਖਾਂਗੇ ਹallelujah ਹਰ ਮਨੁੱਖ ਆਪਣੇ ਜੀਵਨ ਦੇ ਵਿੱਚ ਚਾਹੁੰਦਾ ਕਿ ਉਹਨੂੰ ਬਰਕਤ ਮਿਲੇ ਕਿਤੇ ਨਾ ਕਿਤੇ ਦੌੜ ਭੱਜ ਕਰਦਾ ਆ ਤੇ ਅੱਜ ਤੁਸੀਂ ਵੀ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚੋਂ ਬਰਕਤ ਪਾਉਣ ਦੇ ਲਈ ਆਏ ਹੋ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਤੇ ਅੱਜ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਮੀਨੇਚਾ ਦੀ ਬਰਕਤ ਦੇ ਬਾਰੇ ਵਿੱਚ ਹੀ ਸਿੱਖਣਾ ਹੈ ਪਰ ਜਿਸ ਤਰੀਕੇ ਦੇ ਨਾਲ ਤੁਹਾਡਾ ਆਉਣਾ ਸੀ ਅੱਜ ਪਰਮੇਸ਼ਰ ਦੇ ਘਰ ਵਿੱਚ ਉਹਨਾਂ ਲੋਕਾਂ ਦੇ ਬਾਰੇ ਵਿੱਚ ਮੈਂ ਗੱਲ ਕਰਦੀ ਹਾਂ ਜਿਹੜੇ 11:15 ਵਜੇ ਦੇ ਬਾਅਦ ਦੇ ਵਿੱਚ ਆ ਰਹੇ ਸੀ ਤਾਂ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਅੰਦਰ ਕੋਈ ਨੇਚਾ ਹੋਊਗੀ ਜਾਂ ਉਹ ਪਰਮੇਸ਼ਰ ਨੂੰ ਕਿਸੇ ਵੀ ਤਰ੍ਹਾਂ ਸੀਰੀਅਸਲੀ ਲੈਂਦੇ ਹੋਊਗੇ ਆਪਣੀ ਲਾਈਫ ਦੇ ਵਿੱਚ ਕਿਉਂਕਿ ਜੇ ਤੁਹਾਡਾ ਪਰਮੇਸ਼ਰ ਦੇ ਨਾਲ ਪ੍ਰੇਮ ਹੋਏ ਤਾਂ ਜ਼ਰੂਰ ਤੁਸੀਂ ਇਹ ਲਾ ਵਸੀਲਾ ਕਰਕੇ ਸਮੇਂ ਦੇ ਨਾਲ ਪਹੁੰਚੋਗੇ ਪਰਮੇਸ਼ਵਰ ਦੇ ਘਰ ਦੇ ਵਿੱਚ ਅਗਰ ਅਸੀਂ ਕਿਸੇ ਸਕੂਲ ਦੇ ਸਟੂਡੈਂਟ ਹੋਈਏ ਕਿਸੇ ਇੰਸਟੀਚਿਊਟ ਦੇ ਵਿੱਚ ਪੜ੍ਹਨ ਵਾਸਤੇ ਜਾਂਦੇ ਹੋਈਏ ਅਸੀਂ ਉੱਥੇ ਸਮੇਂ ਸਿਰ ਪਹੁੰਚ ਸਕਦੇ ਹਾਂ ਕਿਉਂਕਿ ਸਾਨੂੰ ਡਰ ਹੁੰਦਾ ਕਿ ਜੇ ਅਸੀਂ ਉੱਥੇ ਟਾਈਮ ਦੇ ਨਾਲ ਨਾ ਪਹੁੰਚੇ ਤਾਂ ਫੇ ਉੱਥੇ ਸਾਨੂੰ ਝਿੜਕਿਆ ਜਾਊਗਾ ਸਾਡੀ ਗੈਰ ਹਾਜ਼ਰੀ ਲੱਗ ਜੂਗੀ ਜਾਂ ਸਾਨੂੰ ਨੰਬਰ ਘੱਟ ਮਿਲਣਗੇ ਤਾਂ ਅਸੀਂ ਉੱਥੇ ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਸਕੂਲ ਦੇ ਵਿੱਚ ਟਾਈਮ ਨਾਲ ਪਹੁੰਚਦੇ ਹਾਂ ਅਗਰ ਤੁਸੀਂ ਕਿਤੇ ਨੌਕਰੀ ਕਰਦੇ ਹੋ ਤੁਸੀਂ ਆਪਣੀ ਨੌਕਰੀ ਤੇ ਟਾਈਮ ਸਿਰ ਪਹੁੰਚਦੇ ਹੋ ਅਗਰ ਕਿਤੇ ਪੜ੍ਹਾਈ ਕਰਦੇ ਤੁਸੀਂ ਉੱਥੇ ਟਾਈਮ ਸਿਰ ਪਹੁੰਚਦੇ ਹੋ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਪਰਮੇਸ਼ਵਰ ਦੇ ਲਈ ਲਾਪਰਵਾਹ ਕਿਦਾਂ ਹੋ ਸਕਦੇ ਹੋ ਇਹਦਾ ਮਤਲਬ ਕਿ ਅਸੀਂ ਮਤਲਬ ਪ੍ਰਸਤਿਆ ਕਿ ਜਿੱਥੇ ਸਾਨੂੰ ਮਤਲਬ ਆ ਉੱਥੇ ਅਸੀਂ ਸਮੇਂ ਸਿਰ ਪਹੁੰਚ ਜਾਨੇ ਐਰਪੋਰਟ ਤੇ ਦੇਖੋ ਅਸੀਂ ਸਮੇਂ ਤੋਂ 4 ਘੰਟੇ ਪਹਿਲਾਂ ਹੀ ਪਹੁੰਚ ਜਾਨੇ ਆ ਅਗਰ ਕੈਨੇਡਾ ਅਮਰੀਕਾ ਤੇ ਆਪਾਂ ਕਹਿੰਦਾ ਜੀ ਦੂਰ ਆ ਆਪਾਂ ਕਿਸੇ ਨੇੜੇ ਦੇ ਮੁਲਕ ਵੀ ਜਾਣਾ ਹੋਵੇ ਨਾ ਈਵਨ ਦਨ ਕਿ ਆਪਣੇ ਹੀ ਦੇਸ਼ ਦੇ ਵਿੱਚ ਟ੍ਰੈਵਲ ਕਰਨਾ ਹੋਵੇ ਆਪਣੇ ਮੁਲਕ ਦੇ ਵਿੱਚ ਡੋਮੈਸਟਿਕ ਫਲਾਈਟ ਹੀ ਫੜਨੀ ਹੋਵੇ ਸਾਮੀ 에어ਪੋਰਟ ਤੇ ਪੂਰੇ ਟਾਈਮ ਦੇ ਨਾਲ ਪਹੁੰਚਦੇ ਆ ਸਗਾ ਟਾਈਮ ਰਹਿਂਦਿਆਂ ਤੇ ਪਹੁੰਚਦੇ ਕਿ ਅੱਛੀ ਜਿਹੜੀ ਆ ਬੈਠਣ ਦੀ ਜਗ੍ਹਾ ਪਲੇਨ ਦੇ ਵਿੱਚ ਮਿਲਦਾ ਹੈ ਪਰ ਤੁਸੀਂ ਸੋਚ ਕੇ ਦੇਖੋ ਕਿ ਅਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਪਰਮੇਸ਼ਵਰ ਦੇ ਆਰਾਧਨਾ ਸਥਲ ਦੇ ਵਿੱਚ ਜਿੱਥੇ ਅਸੀਂ ਪਰਮੇਸ਼ਵਰ ਦੀ ਆਰਾਧਨਾ ਕਰਨੀ ਹੁੰਦੀ ਆ ਉੱਥੇ ਸਾਡੇ ਆਉਣ ਦੇ ਲਈ ਅਸੀਂ ਕਿੰਨੇ ਕੁ ਜਿਹੜੇ ਆ ਗੰਭੀਰ ਆ ਕਿੰਨਾ ਕੁ ਅਸੀਂ ਇਹਨੂੰ ਗੰਭੀਰਤਾਈ ਦੇ ਨਾਲ ਲੈਣੇ ਆ ਕਿੰਨੀ ਕਿ ਸਾਡੇ ਅੰਦਰ ਭੁੱਖ ਤੇ ਪਿਆਸ ਆ ਪਰਮੇਸ਼ਵਰ ਦੇ ਲਈ ਪਰ ਇੱਕ ਗੱਲ ਯਾਦ ਰੱਖਿਓ ਤੁਹਾਡੇ ਲੇਟ ਆਉਣ ਦੇ ਨਾਲ ਦੇਖੋ ਮੈਨੂੰ ਕੋਈ ਫਰਕ ਪਿਆ ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ ਤੁਹਾਡੇ ਲੇਟ ਆਉਣ ਦੇ ਨਾਲ ਨਾ ਗਾਉਣ ਵਾਲਿਆਂ ਨੂੰ ਭਜਨ ਕੀਰਤਨ ਕਰਨ ਵਾਲਿਆਂ ਨੂੰ ਕੋਈ ਫਰਕ ਪੈਣਾ ਉਹਨਾਂ ਨੇ ਤਾਂ ਘੜੀ ਦੀ ਸੂਈ ਦੇ ਨਾਲ ਜਿਹੜਾ ਟਾਈਮ ਫਿਕਸ ਕੀਤਾ ਗਿਆ ਆ ਉਸ ਟਾਈਮ ਦੇ ਨਾਲ ਉਹਨਾਂ ਨੇ ਤਾਂ ਆराधना ਕਰਨੀ ਸ਼ੁਰੂ ਕਰ ਦੇਣੀ ਆ ਅਰੋਂ ਕਰਨਗੇ ਕਿੰਨੇ ਜਣਿਆਂ ਨੂੰ ਲੱਗਦਾ ਕਿ ਪਰਮੇਸ਼ਵਰ ਸਾਡੇ ਦਿਲਾਂ ਨੂੰ ਦੇਖਦੇ ਆ? ਥੈਂਕ ਯੂ। ਕਈ ਭਲੇ ਮਾਨਸਾਂ ਨੂੰ ਤਾਂ ਇਹ ਵੀ ਨਹੀਂ ਲੱਗਦਾ ਕਿ ਪਰਮੇਸ਼ਵਰ ਸਾਡੇ ਦਿਲਾਂ ਨੂੰ ਦੇਖਦੇ ਆ। ਕੁਝ ਲੋਕੀ ਸੀਗੇ ਜਿਨ੍ਹਾਂ ਨੇ ਹੱਥ ਨਹੀਂ ਖੜੇ ਕੀਤੇ। ਅਗਰ ਤੁਹਾਨੂੰ ਇਹ ਲੱਗਦਾ ਆ ਕਿ ਪਰਮੇਸ਼ਵਰ ਸਾਡੇ ਦਿਲਾਂ ਨੂੰ ਦੇਖਦੇ ਆ ਤਾਂ ਤੁਹਾਨੂੰ ਬਿਲਕੁਲ ਸਹੀ ਜਾਪਦਾ ਆ। ਇਦਾਂ ਹੀ ਆ ਪਰਮੇਸ਼ਵਰ ਦਿਲਾਂ ਨੂੰ ਦੇਖਦੇ ਆ। ਜੇ ਉਹ ਤੁਹਾਡੇ ਦਿਲਾਂ ਨੂੰ ਦੇਖਦਾ ਆ ਫਿਰ ਤੁਹਾਡੀਆਂ ਲਾਪਰਵਾਹੀਆਂ ਵੀ ਤੇ ਉਹਨੂੰ ਨਜ਼ਰ ਆਉਂਦੀਆਂ ਕਿ ਨਹੀਂ ਆਉਂਦੀਆਂ ਤੁਹਾਡੇ ਮਤਲਬ ਵੀ ਉਹਨੂੰ ਨਜ਼ਰ ਆਉਂਦੇ ਕਿ ਨਹੀਂ ਆਉਂਦੇ ਤੁਹਾਡੀ ਸ਼ਰਧਾ ਕਿੰਨੀ ਕਾ ਉਹ ਨਜ਼ਰ ਆਉਂਦੀ ਕਿ ਨਹੀਂ ਆਉਂਦੀ ਤੁਹਾਡੇ ਅੰਦਰ ਪਰਮੇਸ਼ਵਰ ਦੇ ਲਈ ਵਫਾਦਾਰੀ ਕਿੰਨੀ ਕਾ ਉਹ ਨਜ਼ਰ ਆਉਂਦੀ ਕਿ ਨਹੀਂ ਆਉਂਦੀ ਤੁਹਾਡੇ ਅੰਦਰ ਨੇਚਾ ਕਿੰਨੀ ਕਾ ਉਹ ਪਰਮੇਸ਼ਵਰ ਨੂੰ ਨਜ਼ਰ ਆਉਂਦੀ ਕਿ ਨਹੀਂ ਆਉਂਦੀ ਕਿਉਂਕਿ ਉਹ ਦਿਲਾਂ ਨੂੰ ਦੇਖਣ ਦੇ ਲਈ ਸਮਰਥੀ ਆ ਉਹ ਦਿਲਾਂ ਦੀਆਂ ਜਾਣਨ ਵਾਲਾ ਪਰਮੇਸ਼ਵਰ ਆ ਉਹ ਬਿਨਾ ਸਾਡੇ ਬੋਲਣ ਤੋਂ ਬਿਨਾ ਕੁਝ ਦਿਖਾਉਣ ਤੋਂ ਉਹ ਸਭ ਕੁਝ ਪੜਦਾ ਹੈ ਉਹ ਸਭ ਕੁਝ ਜਾਣਦਾ ਹੈ ਸਭ ਕੁਝ ਸਮਝਦਾ ਹੈ ਕਿਉਂਕਿ ਸਿਰਫ ਉਹ ਹੀ ਤੇ ਆ ਜਿਹੜਾ ਸਾਡੇ ਚੁੱਪ ਰਹਿਣ ਦੇ ਬਾਵਜੂਦ ਵੀ ਸਾਡੇ ਰੌਲੇ ਨੂੰ ਜਿਹੜਾ ਆ ਸੁਣਦਾ ਹੈ ਕਈ ਵਾਰੀ ਅਸੀਂ ਮੂੰਹ ਤੋਂ ਚੁੱਪ ਹੁੰਨੇ ਪਰ ਸਾਡੇ ਦਿਲ ਦੇ ਅੰਦਰ ਇੱਕ ਸ਼ੋਰ ਹੁੰਦਾ ਹੈ ਇੱਕ ਰੌਲਾ ਹੁੰਦਾ ਹੈ ਅਰ ਪਰਮੇਸ਼ਵਰ ਉਸ ਵੇਲੇ ਸਾਡੇ ਸ਼ੋਰ ਨੂੰ ਸੁਣਦੇ ਆ ਕਈ ਵਾਰੀ ਤੁਸੀਂ ਇਹੋ ਜਿਹੇ ਹਾਲਾਤ ਦੇ ਵਿੱਚ ਹੁੰਨੇ ਜਿੱਥੇ ਤੁਸੀਂ ਆਪਣੇ ਮੂੰਹ ਤੋਂ ਪਰਮੇਸ਼ਵਰ ਦਾ ਨਾਮ ਨਹੀਂ ਲੈ ਸਕਦੇ ਤੁਹਾਨੂੰ ਲੱਗਦਾ ਕਿ ਇੱਥੇ ਗੜਬੜ ਹੋ ਸਕਦੀ ਹੈ ਪਰਮੇਸ਼ਵਰ ਦੀ ਆਰਾਧਨਾ ਕੀਤੇ ਆ ਪਰ ਤੁਹਾਨੂੰ ਉਸ ਵੇਲੇ ਪਰਮੇਸ਼ਵਰ ਦੀ ਮਦਦ ਦੀ ਜ਼ਰੂਰਤ ਹੁੰਦੀ ਆ ਔਰ ਉਸ ਥਾਂ ਤੇ ਜਦੋਂ ਤੁਸੀਂ ਆਪਣੇ ਮਨ ਦੇ ਅੰਦਰ ਮੂੰਹ ਤੁਹਾਡਾ ਬੰਦ ਹੁੰਦਾ ਪਰ ਤੁਹਾਡਾ ਮਨ ਸ਼ੋਰ ਪਾ ਰਿਹਾ ਹੁੰਦਾ ਰੌਲਾ ਪਾ ਰਿਹਾ ਹੁੰਦਾ ਕਿ ਪ੍ਰਭੂ ਮੇਰੀ ਮਦਦ ਕਰ ਮਦਦ ਕਰ ਉਹ ਸੁਣਦਾ ਕਿ ਨਹੀਂ ਸੁਣਦਾ ਉਹ ਤੁਹਾਡੇ ਲਈ ਉਸ ਜਗ੍ਹਾ ਤੇ ਇੰਤਜ਼ਾਮ ਕਰਦਾ ਤੁਹਾਡੀ ਪ੍ਰੋਟੈਕਸ਼ਨ ਕਰਦਾ ਔਰ ਜਿੱਦਾਂ ਵੀ ਤੁਹਾਨੂੰ ਮਦਦ ਦੀ ਜ਼ਰੂਰਤ ਹੁੰਦੀ ਉਦਾਂ ਹੀ ਤੁਹਾਡੇ ਲਈ ਉਹ ਕਰ ਦਿੰਦਾ ਹੈ ਇੰਨਾ ਪ੍ਰੇਮ ਕਰਨ ਵਾਲਾ ਪਰਮੇਸ਼ਵਰ ਜਿਨ੍ਹਾਂ ਲੋਕਾਂ ਦਾ ਹੋਏ ਇੰਨਾ ਅਵੇਲੇਬਲ ਪਰਮੇਸ਼ਵਰ ਜਿਨ੍ਹਾਂ ਲੋਕਾਂ ਦਾ ਹੋਏ ਕਿ ਹਰ ਜਗ੍ਹਾ ਤੇ ਹਾਜ਼ਰ ਹੋ ਜਾਣ ਵਾਲਾ ਪਰਮੇਸ਼ਵਰ ਰਾਤ ਦੇ ਵੇਲੇ ਵੀ ਹਾਜ਼ਰ ਹੋ ਜਾਣ ਵਾਲਾ ਅਗਰ ਕੋਈ ਰਾਤ ਨੂੰ ਤੜਫ ਰਿਹਾ ਤਾਂ ਉਹਦੀ ਮਦਦ ਲਈ ਉਹ ਰਾਤ ਨੂੰ ਹਾਜ਼ਰ ਸਵੇਰ ਨੂੰ ਤੜਫ ਰਿਹਾ ਤਾਂ ਸਵੇਰ ਨੂੰ ਹਾਜ਼ਰ ਕੋਈ ਪੁਕਾਰ ਰਿਹਾ ਤੇ ਉਹ ਹਾਜ਼ਰ ਕੋਈ ਪੁੱਛ ਰਿਹਾ ਤੇ ਉੱਤਰ ਦੇ ਰਿਹਾ ਕੋਈ ਮਦਦ ਮੰਗ ਰਿਹਾ ਤੇ ਉਹ ਮਦਦ ਕਰ ਰਿਹਾ ਕੋਈ ਸ਼ਿਫਾ ਮੰਗ ਰਿਹਾ ਤੇ ਉਹ ਚੰਗਿਆਈ ਕਰ ਰਿਹਾ ਤੋ ਅਵੇਲੇਬਲ ਗੋਡ ਯਰ ਉਹ ਹਰ ਵੇਲੇ ਹਾਜ਼ਰ ਪਰਮੇਸ਼ਵਰ ਆ ਫਿਰ ਅਸੀਂ ਜਦੋਂ ਅਕਿਰਤ ਕਰਨ ਹੋ ਜੰਨੇ ਆ ਅਕਿਰਤ ਕਰਨ ਮੀਨ ਟੂ ਸੇ ਕਿ ਜਦੋਂ ਅਸੀਂ ਗੁਣ ਨਹੀਂ ਜਾਣਦੇ ਜਦੋਂ ਅਸੀਂ ਕਦਰ ਨਹੀਂ ਕਰਦੇ ਕਿਸੇ ਦੇ ਪ੍ਰੇਮ ਦੀ ਕਿਸੇ ਦੇ ਕੀਤੇ ਹੋਏ ਕੰਮ ਦੀ ਕਿਸੇ ਦੀ ਮੁਹੱਬਤ ਦੀ ਤਾਂ ਕੀ ਅਸੀਂ ਉਹਦੇ ਕੋਲੋਂ ਕੁਝ ਲੈਣ ਦੇ ਹੱਕਦਾਰ ਬਣਦੇ ਆ ਫਿਰ ਅਗਰ ਅਸੀਂ ਚਾਹੁੰਦੇ ਆ ਪਰਮੇਸ਼ਵਰ ਦੇ ਕੋਲੋਂ ਤਾਂ ਸਾਨੂੰ ਵੀ ਤਾਂ ਉਸ ਕਾਬਿਲ ਹੋਣਾ ਪਏਗਾ ਨਾ ਕਿ ਉਹ ਸਾਡੇ ਤੋਂ ਕਿਸੇ ਤਰ੍ਹਾਂ ਤਾਂ ਖੁਸ਼ ਹੋ ਕੇ ਸਾਡੇ ਤੇ ਕਿਰਪਾ ਕਰੇ ਦੇਖੋ ਹਰ ਮਨੁੱਖ ਇੱਥੇ ਆਪਣੇ ਮਨ ਦੇ ਵਿੱਚ ਇੱਕ ਬੇਨਤੀ ਲੈ ਕੇ ਆਇਆ ਆ ਆਪਣੀ ਇੱਕ ਰਿਕੁਐਸਟ ਲੈ ਕੇ ਆਇਆ ਪਰਮੇਸ਼ਵਰ ਦੇ ਅੱਗੇ ਅਰ ਬਿਲਕੁਲ ਸਹੀ ਆ ਕਿ ਸਿਰਫ ਪਰਮੇਸ਼ਵਰ ਜੀ ਹੀ ਆ ਜਿਹੜੀਆਂ ਸਾਡੀਆਂ ਬੇਨਤੀਆਂ ਨੂੰ ਸੁਣ ਕੇ ਪੂਰਾ ਕਰ ਸਕਦੇ ਆ ਅਰ ਪਰਮੇਸ਼ਵਰ ਦੇ ਬਿਨਾ ਹੋਰ ਅਸੀਂ ਬੇਨਤੀਆਂ ਲੈ ਕੇ ਜਾਣਾ ਵੀ ਕਿੱਥੇ ਆ ਪਰਮੇਸ਼ਵਰ ਦੇ ਕੋਲ ਹੀ ਤੇ ਆਉਣਾ ਆ ਪਰ ਐਟ ਲੀਸਟ ਅਗਰ ਅਸੀਂ ਪਰਮੇਸ਼ਵਰ ਦੇ ਕੋਲੇ ਆਉਣਾ ਆ ਤਾਂ ਸਾਡੇ ਮਨ ਦੇ ਅੰਦਰ ਇੱਕ ਚੀਜ਼ ਤਾਂ ਹੋਏ ਕਿ ਹਾਂ ਮੈਂ ਪਰਮੇਸ਼ਵਰ ਦੇ ਕੋਲ ਜਾ ਰਿਹਾ ਹਾਂ ਮੈਂ ਕਿੰਨੇ ਆਦਰ ਦੇ ਨਾਲ ਜਾਣਾ ਮੈਂ ਕਿੰਨਾ ਆਦਰ ਦੇਣਾ ਆ ਪਰਮੇਸ਼ਵਰ ਨੂੰ ਮੈਂ ਕਿੰਨਾ ਕੁ ਪ੍ਰੇਮ ਕਰਦਾ ਆ ਪਰਮੇਸ਼ਵਰ ਨੂੰ ਕਿ ਮੈਂ ਆਪਣਾ ਪ੍ਰੇਮ ਪ੍ਰਗਟ ਕਰਾਂ ਕੋਈ 12 ਵਜੇ ਆ ਰਿਹਾ ਕੋਈ 1 ਵਜੇ ਆ ਰਿਹਾ ਕੋਈ 11:30 ਵਜੇ ਆ ਰਿਹਾ ਮਨ ਬਣ ਗਿਆ ਕਿ ਚਲੋ ਜੀ ਜਾ ਆਉਨੇ ਆ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਲੋੜ ਨਾਲੋਂ ਵੱਧ ਲਾਪਰਵਾਹ ਹਾਂ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਚਾਹੁੰਦੇ ਆ ਤੁਹਾਨੂੰ ਲਾਪਰਵਾਹੀਆਂ ਛੱਡਣੀਆਂ ਪੈਣਗੀਆਂ ਤੁਸੀਂ ਨਹੀਂ ਛੱਡੋਗੇ ਮੇਰਾ ਕੋਈ ਨੁਕਸਾਨ ਨਹੀਂ ਹੋਊਗਾ ਮੋਸਟ ਵੈਲਕਮ ਅਗਰ ਤੁਸੀਂ 1 ਵਜੇ ਵੀ ਆਉਣੇ ਆ ਇਹ ਤੁਹਾਡਾ ਤੇ ਪਰਮੇਸ਼ਵਰ ਦਾ ਰਿਸ਼ਤਾ ਹੈ ਮੈਨੂੰ ਕੋਈ ਦਿੱਕਤ ਨਹੀਂ ਆ ਪਰ ਜਿੱਦਾਂ ਦਾ ਤੁਸੀਂ ਕਰੋਗੇ ਉਹਦੇ ਲਈ ਉਹਦਾਂ ਦਾ ਲੈ ਲੋਗੇ ਉਹਦੇ ਕੋਲੋਂ ਅਗਰ ਤੁਹਾਨੂੰ ਜ਼ਰੂਰਤ ਹੋਏ ਮਦਦ ਦੀ ਸਵੇਰ ਨੂੰ 10 ਵਜੇ ਤੁਹਾਡੇ ਲਈ ਐਂਬੂਲੈਂਸ ਆਏ ਦਪਹਿਰੇ 1 ਵਜੇ ਤੁਹਾਨੂੰ ਕੋਈ ਫਾਇਦਾ ਹੋਊਗਾ ਐਂਬੂਲੈਂਸ ਦੀ ਜ਼ਰੂਰਤ ਸੀ 10 ਵਜੇ ਐਂਬੂਲੈਂਸ ਪਹੁੰਚ ਰਹੀ ਹੈ 1 ਵਜੇ ਉਦੋਂ ਤੱਕ ਤਾਂ ਪਤਾ ਨਹੀਂ ਬੰਦਾ ਬਚੂਗਾ ਕਿ ਨਹੀਂ ਬਚੂਗਾ ਤੁਹਾ ਨੂੰ ਮਦਦ ਦੀ ਜ਼ਰੂਰਤ ਆ ਅੱਜ ਤੇ ਮਦਦ ਕਰਨ ਵਾਲੇ ਆਉਣ ਕੱਲ ਨੂੰ ਤਾਂ ਤੁਸੀਂ ਫੇਰ ਕੀ ਕਹੋਗੇ ਅੱਜ ਕਿਹੜੇ ਕੰਮ ਆਏ ਆ ਕੱਲ ਸਾਨੂੰ ਜ਼ਰੂਰਤ ਸੀਗੀ ਅੱਜ ਅਸੀਂ ਕੀ ਕਰਨਾ ਇਸੇ ਤਰ੍ਹਾਂ ਬੇਸ਼ੱਕ ਅਸੀਂ ਪਰਮੇਸ਼ਵਰ ਦੀ ਮਦਦ ਕਰਨ ਲਈ ਨਹੀਂ ਆਉਂਦੇ ਮਦਦ ਲੈਣ ਦੇ ਲਈ ਆਉਨੇ ਆ ਪਰ ਜੇ ਤੁਸੀਂ ਸਮੇਂ ਸਿਰ ਹਾਜ਼ਰ ਹੋਵੋਗੇ ਤੁਹਾਡੀ ਮਦਦ ਸਮੇਂ ਸਿਰ ਤੁਹਾਨੂੰ ਮਿਲੂਗੀ ਅਗਰ ਤੁਸੀਂ ਸਮਾਂ ਦਿਓਗੇ ਉੱਤਮ ਸਮਾਂ ਅਰ ਸਮੇਂ ਸਿਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠੋਗੇ ਚਾਹੇ ਉਹ ਪਰਮੇਸ਼ਵਰ ਦਾ ਕਾਰਿਆ ਚਾਹੇ ਉਹ ਤੁਹਾਡਾ ਆਪਣਾ ਕਾਰਿਆ ਤਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਆਪਣੇ ਸਵਾਲਾਂ ਦੇ ਜਵਾਬ ਵੀ ਸਮੇਂ ਸਿਰ ਹੀ ਪ੍ਰਾਪਤ ਕਰੋਗੇ ਇਹ ਨਹੀਂ ਕਿ ਤੁਸੀਂ ਅੱਜ ਪੁੱਛ ਰਹੇ ਆ ਪਰਮੇਸ਼ਵਰ ਤੋਂ ਤੇ ਤੁਹਾਨੂੰ ਜਿਹੜਾ ਉਹਦਾ ਜਵਾਬ ਆ ਉਹ ਕੰਮ ਹੋਣ ਦੇ ਬਾਅਦ ਮਿਲ ਰਿਹਾ ਹੈ ਬਹੁਤ ਸਾਰੇ ਲੋਕਾਂ ਦੇ ਨਾਲ ਇਦਾਂ ਹੁੰਦਾ ਆ ਕਿਉਂ ਪੁੱਛਦੇ ਆ ਅਰ ਉਹ ਸਮਾਂ ਨਿਕਲ ਜਾਂਦਾ ਆ ਅਰ ਫਿਰ ਕਾਫੀ ਲੇਟ ਜਾ ਕੇ ਉਹਨਾਂ ਨੂੰ ਉਹਦਾ ਜਿਹੜਾ ਆ ਜਵਾਬ ਮਿਲਦਾ ਆ ਤੇ ਉਸ ਵੇਲੇ ਕਹਿੰਦੇ ਹੁਣ ਤੇ ਸਮਾਂ ਨਿਕਲ ਗਿਆ ਦੇਖੋ ਜੇ ਤੁਸੀਂ ਸਮੇਂ ਦੀ ਕਦਰ ਕਰੋਗੇ ਸਮਾਂ ਤੁਹਾਡੀ ਕਦਰ ਪਵਾ ਦੂਗਾ ਹallelujah ਇਸ ਲਈ ਪਰਮੇਸ਼ਵਰ ਨੂੰ ਲਾਈਟਲੀ ਨਾ ਲਓ ਪਰਮੇਸ਼ਵਰ ਨੂੰ ਗੰਭੀਰਤਾਈ ਦੇ ਨਾਲ ਲਓ ਪਰਮੇਸ਼ਵਰ ਦੇ ਨਾਲੋਂ ਵੱਧ ਉੱਤਮ ਕੋਈ ਸਮਰਥ ਨਹੀਂ ਆ ਪਰਮੇਸ਼ਵਰ ਦੇ ਨਾਲੋਂ ਚੰਗਾ ਮਦਦਗਾਰ ਕੋਈ ਨਹੀਂ ਆ ਪਰਮੇਸ਼ਵਰ ਨਾਲੋਂ ਵੱਧ ਮੁਹਈਆ ਕਰਨ ਵਾਲਾ ਕੋਈ ਨਹੀਂ ਆ ਅਰ ਪਰਮੇਸ਼ਵਰ ਦੇ ਬਿਨਾ ਆਪਾਂ ਕੁਝ ਵੀ ਨਹੀਂ ਆ ਇਸ ਗੱਲ ਨੂੰ ਪੱਲੇ ਨਾਲ ਬੰਨ੍ਹ ਲੋ ਕਿ ਪਰਮੇਸ਼ਵਰ ਦੇ ਬਿਨਾ ਅਸੀਂ ਕੁਝ ਵੀ ਨਹੀਂ ਆ ਅਰ ਪਰਮੇਸ਼ਵਰ ਦੇ ਬਿਨਾ ਸਾਡਾ ਕੋਈ ਵਜੂਦ ਹੀ ਨਹੀਂ ਆ ਅਗਰ ਪ੍ਰਭੂ ਸਾਡੀ ਲਾਈਫ ਦੇ ਵਿੱਚ ਨਹੀਂ ਆ ਤੇ ਅਸੀਂ ਮਿੱਟੀ ਦੀ ਢੇਰੀ ਦੇ ਬਿਨਾ ਹੋਰ ਕੁਝ ਹੈ ਹੀ ਨਹੀਂ ਤੁਹਾਨੂੰ ਪਤਾ ਪਰਮੇਸ਼ਵਰ ਨੇ ਆਪਾਂ ਨੂੰ ਇੱਕ ਇਨਾਂ ਵੰਡਰਫੁਲ ਗਿਫਟ ਦਿੱਤਾ ਇਨਾਂ ਵੰਡਰਫੁਲ ਗਿਫਟ ਦਿੱਤਾ ਕਿ ਸਿਰਫ ਉਸੇ ਹੀ ਗਿਫਟ ਦੀ ਮਦਦ ਦੇ ਨਾਲ ਆਪਾਂ ਤੁਰੇ ਫਿਰਦੇ ਆ ਅਰੋ ਗਿਫਟ ਕੀ ਆ ਪਤਾ ਹੈ ਤੁਹਾਨੂੰ ਜਿਹੜੇ ਸਾਹ ਸਾਡੇ ਅੰਦਰ ਚੱਲਦੇ ਆ ਇਹ ਪਰਮੇਸ਼ਵਰ ਨੇ ਸਾਨੂੰ ਇੱਕ ਗਿਫਟ ਦਿੱਤਾ ਆ ਇਸ ਕਾਇਨਾਤ ਦਾ ਮੋਸਟ ਪ੍ਰੀਸ਼ੀਅਸ ਗਿਫਟ ਹੈ ਆ ਸਭ ਤੋਂ ਅਨਮੋਲ ਤੋਹਫਾ ਆ ਕੀਮਤੀ ਤੋਹਫਾ ਆ ਇਸ ਕਾਇਨਾਤ ਦਾ ਜਿਹੜਾ ਸਾਡਾ ਸਾਹ ਆ ਅਗਰ ਸਾਡੇ ਅੰਦਰ ਸਾਹ ਨਾ ਹੋਏ ਆਪਾਂ ਕੁਝ ਕਰ ਸਕਦੇ ਆ ਤੁਸੀਂ ਇਹ ਦੇਖੋ ਕਿ ਜਿਹੜੇ ਸਾਹ ਪਰਮੇਸ਼ਵਰ ਨੇ ਆਪਾਂ ਨੂੰ ਦਿੱਤੇ ਆ ਉਹ ਇੰਨੇ ਕੁ ਜ਼ਿਆਦਾ ਅਨਮੋਲ ਆ ਇੰਨੇ ਕੁ ਜ਼ਿਆਦਾ ਕੀਮਤੀ ਆ ਅਗਰ ਇਹ ਸਾਹ ਸਾਡੇ ਅੰਦਰ ਚੱਲਦੇ ਹੋਣ ਤਾਂ ਉਹ ਵਾਲੀ ਆਕਸੀਜਨ ਕੰਮ ਕਰਦੀ ਆ ਜਿਹੜੀ ਸਿਲੰਡਰਾਂ ਦੇ ਵਿੱਚ ਭਰੀ ਹੋਈ ਆ ਨਹੀਂ ਤੇ ਕਿਸੇ ਮੁਰਦੇ ਨੂੰ ਆਕਸੀਜਨ ਲਾ ਕੇ ਦੇਖੋ ਜੇ ਜੀ ਉੱਠੇ ਤਾਂ ਦੱਸਿਓ ਆਕਸੀਜਨ ਕੀ ਆ ਸਾਹ ਲੈਣ ਵਾਲੀ ਹਵਾ ਹੀ ਆ ਨਾ ਕਦੀ ਕਿਸੇ ਨੇ ਮੁਰਦੇ ਨੂੰ ਆਕਸੀਜਨ ਲਾ ਕੇ ਜ਼ਿੰਦਾ ਕੀਤਾ ਨਾਲੇ ਉਹ ਤਾਂ ਬਹੁਤ ਪਿਓਰ ਕੀਤੀ ਹੋਈ ਹਵਾ ਹੁੰਦੀ ਆ ਵੀ ਉਹ ਅੰਦਰ ਜਾਏ ਤਾਂ ਜਿਹੜੇ ਲੰਗਜ਼ ਆ ਫੇਫੜੇ ਆ ਉਹ ਸਹੀ ਤਰੀਕੇ ਨਾਲ ਕੰਮ ਕਰਦੇ ਤੇ ਸਾਹ ਲੈਣਾ ਸੌਖਾ ਹੋ ਜਾਂਦਾ ਪਰ ਯਾਦ ਰੱਖੋ ਕਿ ਸਾਹ ਲੈਣਾ ਸੌਖਾ ਹੋ ਜਾਂਦਾ ਜੇ ਸਾਹ ਵਿੱਚ ਹੋਵੇ ਤਾਂ ਜੇ ਸਾਹ ਹੀ ਨਾ ਹੋਵੇ ਤਾਂ ਉਹ ਆਕਸੀਜਨ ਜਿਹੜੀ ਆ ਉਹ ਕਿਸੇ ਕੰਮ ਦੀ ਨਹੀਂ ਆ ਇੰਨੇ ਕੀਮਤੀ ਆ ਉਹ ਸਾਹ ਜਿਹੜੇ ਆਪਣੇ ਅੰਦਰ ਚੱਲਦੇ ਆ ਜਿਨ੍ਹਾਂ ਸਾਹਾਂ ਦਾ ਵਿਮਾਨ ਕਰਕੇ ਅਸੀਂ ਕਹਿੰਨੇ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਤੁਹਾਨੂੰ ਟਾਈਮ ਦਾ ਪਤਾ ਕਿੰਨਾ ਚਿਰ ਤੱਕ ਲੱਗਦਾ ਆ ਕਿੰਨੀ ਦੇਰ ਤੱਕ ਤੁਹਾਡੀ ਜ਼ਿੰਦਗੀ ਵਿੱਚ ਟਾਈਮ ਦੀ ਅਹਿਮੀਅਤ ਆ ਜਿੰਨੀ ਦੇਰ ਤੱਕ ਤੁਹਾਡੇ ਅੰਦਰ ਸਾਹ ਚੱਲਦੇ ਆ ਜਦੋਂ ਸਾਹ ਖਤਮ ਹੋ ਗਿਆ ਤੁਹਾਡਾ ਤਾਂ ਸਮਾਂ ਨਾਲ ਹੀ ਖਤਮ ਹੋ ਗਿਆ ਉਹ ਸਵੇਰ ਦਾ ਹੋਏ ਰਾਤ ਦਾ ਹੋਏ ਦੁਪਹਿਰ ਦਾ ਹੋਏ ਤੁਹਾਡੇ ਲਈ ਤਾਂ ਸਭ ਖਤਮ ਹੋ ਚੰਗਾ ਹੋਏ ਮਾੜਾ ਹੋਏ ਖੁਸ਼ੀ ਦਾ ਹੋਏ ਗਮੀ ਦਾ ਹੋਏ ਜਿਹੜਾ ਬੰਦਾ ਖਤਮ ਉਹਦਾ ਸਮਾਂ ਖਤਮ ਸਮੇਂ ਦੀ ਅਹਮियत ਸਾਡੀ ਜ਼ਿੰਦਗੀ ਚ ਕਦੋਂ ਤੱਕ ਆ ਜਦੋਂ ਤੱਕ ਸਾਡੇ ਸਾਹ ਚੱਲਦੇ ਆ ਤੇ ਸਾਹ ਮਿਲੇ ਕਿੱਥੋਂ ਆ ਪਰਮੇਸ਼ਵਰ ਦੇ ਕੋਲੋਂ ਤੇ ਪਰਮੇਸ਼ਵਰ ਦੇ ਲਈ ਹੀ ਅਸੀਂ ਆਪਣੇ ਸਾਹ ਦੇਣ ਦੇ ਲਈ ਤਿਆਰ ਨਹੀਂ ਆ ਕਿ ਇਹਨਾਂ ਸਾਹਾਂ ਨੂੰ ਲੈ ਕੇ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਣ ਲਈ ਰੈਡੀ ਨਹੀਂ ਕਿਉਂਕਿ ਸਾਡੇ ਕੋਲ ਟਾਈਮ ਹੈ ਨਹੀਂ ਤੇ ਜੇ ਉਹ ਕਹਿ ਦੇਵੇ ਕਿ ਮੇਰੇ ਕੋਲ ਤੁਹਾਡੇ ਲਈ ਸਾਹ ਹੈ ਨਹੀਂ ਫੇਰ ਕੀ ਕਰ ਲੋਂਗੇ ਫੇਰ ਕੀ ਘਾਟਾ ਪਾਹੋਂਗੇ ਪਰਮੇਸ਼ਵਰ ਨੂੰ ਆਪਾਂ ਤੇ ਕਹਿ ਦਿੱਤਾ ਵੀ ਚੱਲ ਕੋਈ ਨਹੀਂ 1 ਘੰਟਾ ਲੇਟ ਚਲੇਗੇ ਗੱਡੀ ਚੱਲਦੀ ਆ ਤੇ ਜੇ 1 ਮਿੰਟ ਵੀ ਉਹ ਸਾਹ ਬੰਦ ਕਰ ਦੇਵੇ ਆਪਣੀ ਗੱਡੀ ਰੁਕੂਗੀ ਕਿ ਚੱਲੂਗੀ ਉੱਥੇ ਹੀ ਸਾਰੀ ਮਸ਼ੀਨਰੀ ਬੰਦ ਹੋ ਜਣੀ ਆ ਆਪਣੀ ਲਾਪਰਵਾਹੀ ਨੂੰ ਕਿੰਨੇ ਹੱਦ ਤੱਕ ਪਰਮੇਸ਼ਵਰ ਜੀ ਬਰਦਾਸ਼ਤ ਕਰਦੇ ਕਦੀ ਸੋਚਿਆ ਸਾਨੂੰ ਜ਼ਰੂਰਤ ਹੈਗੀ ਸੋਚਣ ਦੀ ਕਿ ਨਹੀਂ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਗੰਭੀਰ ਹੋਈਏ ਕਿਉਂ ਅੱਜ ਅਸੀਂ ਆਪਣੀ ਬਰਕਤ ਨੂੰ ਨਹੀਂ ਲੈ پا ਰਹੇ ਕਿਉਂਕਿ ਅਸੀਂ ਗੰਭੀਰ ਨਹੀਂ ਹਾਂ ਕਿਉਂ ਸਾਡੀ ਸ਼ਿਫਾ ਰੁਕੀ ਹੋਈ ਹੈ ਕਿਉਂਕਿ ਇਹ ਸੇ ਗੰਭੀਰ ਨਹੀਂ ਆ ਜੇ ਇਸ ਦਿਨ ਤੁਸੀਂ ਗੰਭੀਰਤਾਈ ਦੇ ਨਾਲ ਪਰਮੇਸ਼ਵਰ ਨੂੰ ਲੈ ਲਿਆ ਆਪਣੀ ਲਾਈਫ ਦੇ ਵਿੱਚ ਗੰਭੀਰਤਾਈ ਦੇ ਨਾਲ ਪਰਮੇਸ਼ਵਰ ਨੂੰ ਸਮਝ ਲਿਆ ਪੂਰੇ ਦਿਲ ਦੇ ਨਾਲ ਪਰਮੇਸ਼ਵਰ ਦੇ ਨਾਲ ਪ੍ਰੇਮ ਕੀਤਾ ਉਸੇ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋ ਜਾਣਾ ਸੇਮ ਡੇ ਤੁਹਾਡਾ ਚਮਤਕਾਰ ਕੋਈ ਦੂਰ ਨਹੀਂ ਪਿਆ ਤੁਹਾਡਾ ਚਮਤਕਾਰ ਤੁਹਾਡੇ ਅੰਦਰ ਪਿਆ ਆ ਤੁਹਾਡਾ ਚਮਤਕਾਰ ਤੁਹਾਡੇ ਬਾਹਰ ਨਹੀਂ ਆ ਤੁਹਾਡਾ ਚਮਤਕਾਰ ਤੁਹਾਡੇ ਹੀ ਅੰਦਰ ਆ ਤੁਸੀਂ ਇਹਨੂੰ ਬਾਹਰ ਲੈ ਕੇ ਆਉਣਾ ਆ ਕਿੱਦਾਂ ਆਊਗਾ ਉਹ ਬਾਹਰ ਜਿੱਦਾਂ ਜਿੱਦਾਂ ਤੁਸੀਂ ਆਪਣੇ ਪ੍ਰੇਮ ਨੂੰ ਪ੍ਰਗਟ ਕਰਨਾ ਸ਼ੁਰੂ ਕਰੋਗੇ ਪਰਮੇਸ਼ਵਰ ਦੇ ਲਈ ਤੁਹਾਡਾ ਚਮਤਕਾਰ ਪ੍ਰਗਟ ਹੋਣਾ ਸ਼ੁਰੂ ਹੋ ਜਾਊਗਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਹallelujah ਦੇਖੋ ਆਪਾਂ ਕਿਸੇ ਮਨੁੱਖ ਦੇ ਨਾਲ ਬनावटी ਪਿਆਰ ਕਰ ਸਕਦੇ ਆ ਪਰ ਪਰਮੇਸ਼ਵਰ ਦੇ ਨਾਲ ਨਹੀਂ ਆਪਾਂ ਕਿਸੇ ਮਨੁੱਖ ਨੂੰ ਧੋਖਾ ਦੇ ਸਕਦੇ ਆ ਚੀਟ ਕਰ ਸਕਦੇ ਆ ਪਰ ਪਰਮੇਸ਼ਵਰ ਨੂੰ ਕੌਣ ਧੋਖਾ ਦੇ ਸਕਦਾ ਕੌਣ ਚੀਟ ਕਰ ਸਕਦਾ ਉਹਨੂੰ ਕੋਈ ਨਹੀਂ ਕਿਉਂਕਿ ਉਹ ਸਾਨੂੰ ਅੰਦਰੋਂ ਵੀ ਦੇਖਦਾ ਬਾਹਰੋਂ ਵੀ ਦੇਖਦਾ ਉਹਦੇ ਹੀ ਤਾਂ ਹੱਥਾਂ ਦੀ ਰਚਨਾ ਆ ਉਹਨੂੰ ਤਾਂ ਪਤਾ ਆ ਬੀਸੀ ਕੀ ਕੋਸ਼ ਕਰ ਸਕਦੇ ਤੇ ਕੀ ਕੋਸ਼ ਕਰਦੇ ਆ ਅੱਜ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਚਮਤਕਾਰ ਲੈਣਾ ਆ ਦੇਖੋ ਮੇਰਾ ਕੋਈ ਬਹੁਤ ਇੰਟਰਸਟ ਨਹੀਂ ਹੈਗਾ ਚਮਤਕਾਰਾਂ ਦੇ ਵਿੱਚ ਮੇਰੀ ਪਰਸਨਲੀ ਕੋਈ ਬਹੁਤ ਵੱਡੀ ਦਿਲਚਸਪੀ ਨਹੀਂ ਆ ਹਾਂ ਪਰ ਮੈਂ ਇਹ ਯਕੀਨ ਕਰਦੀ ਆ ਕਿ ਮੇਰਾ ਪਰਮੇਸ਼ਵਰ ਚਮਤਕਾਰ ਕਰਨ ਦੇ ਲਈ ਸਮਰਥੀ ਪਰਮੇਸ਼ਵਰ ਆ ਔਰ ਸ਼ੈਤਾਨ ਦੇ ਚਮਤਕਾਰਾਂ ਦੇ ਨਾਲੋਂ 100 ਗੁਣਾ ਵੱਧ ਚਮਤਕਾਰ ਕਰਨ ਦੇ ਲਈ ਸਮਰਥੀ ਆ ਮੇਰਾ ਪਰਮੇਸ਼ਵਰ ਇਹ ਮੇਰਾ ਯਕੀਨ ਆ ਪਰ ਸਿਰਫ ਚਮਤਕਾਰ ਹੋਈ ਜਾਣ ਇਦਾਂ ਦਾ ਕੋਈ ਮੇਰਾ ਇੰਟਰਸਟ ਨਹੀਂ ਕੋਈ ਦਿਲਚਸਪੀ ਨਹੀਂ ਪਰ ਅਗਰ ਤੁਸੀਂ ਅੱਜ ਆਪਣੇ ਜੀਵਨ ਦੇ ਵਿੱਚ ਚਮਤਕਾਰ ਲੈਣਾ ਹੈ ਤੁਹਾਡਾ ਚਮਤਕਾਰ ਤੁਹਾਡੇ ਅੰਦਰ ਆ ਤੁਸੀਂ ਅੱਜ ਆਪਣੇ ਅੰਦਰ ਨੇਚਾ ਨੂੰ ਲਵੋ ਆਪਣੇ ਅੰਦਰ ਪਰਮੇਸ਼ਵਰ ਦੇ ਪ੍ਰੇਮ ਨੂੰ ਜਗਾਓ ਪਰਮੇਸ਼ਵਰ ਦੇ ਪ੍ਰੇਮ ਨੂੰ ਪ੍ਰਗਟ ਹੋਣ ਦਿਓ ਤੇ ਆਪਣੇ ਚਮਤਕਾਰ ਨੂੰ ਗਵਾਹੀ ਦੇ ਰੂਪ ਵਿੱਚ ਦੁਨੀਆ ਦੇ ਸਾਹਮਣੇ ਲੈ ਲੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਵੈਰੀ ਈਜ਼ੀ ਕੋਈ ਇਕ ਲੱਤ ਤੇ ਨਹੀਂ ਖੜੇ ਹੋਣਾ ਕੋਈ ਤੁਹਾਨੂੰ ਸਵਿਆਂ ਦੇ ਵਿੱਚ ਜਾ ਕੇ ਨਹੀਂ ਪੁੱਠੇ ਸਿੱਧੇ ਕੰਮ ਕਰਨੇ ਕਿਸੇ ਚੌਂਕ ਦੇ ਵਿੱਚ ਜਾ ਕੇ ਕੋਈ ਟੂਣਾ ਪੰਡਾ ਨਹੀਂ ਕਰਨਾ ਤੁਹਾਨੂੰ ਕੋਈ ਅੱਗ ਬਾਲ ਕੇ ਉਹਦੇ ਚ ਚੀਜ਼ਾਂ ਲੂਣ ਦੀ ਲੋੜ ਨਹੀਂ ਆ ਕੋਈ ਪੁੱਠੇ ਕੰਮ ਕਰਨ ਦੀ ਜ਼ਰੂਰਤ ਨਹੀਂ ਆ ਬਸ ਪਰਮੇਸ਼ਵਰ ਦੇ ਪ੍ਰੇਮ ਨੂੰ ਆਪਣੇ ਅੰਦਰ ਲੈਣਾ ਤੇ ਆਪਣੇ ਕੰਮਾਂ ਦੇ ਰਾਹੀਂ ਪ੍ਰਗਟ ਕਰਨਾ ਦੈਟਸ ਆਲ ਇੰਨਾ ਹੀ ਕੰਮ ਆ ਸਿਰਫ ਇੰਨਾ ਹੀ ਕੰਮ ਆ ਅਗਰ ਤੁਸੀਂ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਹੋਗੇ ਦੁਨੀਆ ਦੀ ਕੋਈ ਤਾਕਤ ਤੁਹਾਡੇ ਚਮਤਕਾਰ ਨੂੰ ਰੋਕ ਨਹੀਂ ਸਕਦੀ ਕੋਈ ਤਾਕਤ ਨਹੀਂ ਰੋਕ ਸਕਦੀ ਕਿਉਂਕਿ ਜਦੋਂ ਪਰਮੇਸ਼ਵਰ ਦਾ ਪ੍ਰੇਮ ਤੁਹਾਡੇ ਅੰਦਰ ਆ ਗਿਆ ਤੁਹਾਨੂੰ ਸਮਝ ਲੱਗ ਜਾਣੀ ਕਿ ਚਮਤਕਾਰ ਕੀ ਆ ਚਮਤਕਾਰ ਦੀ ਅਹਿਮੀਅਤ ਕੀ ਆ ਫਿਰ ਤੁਹਾਨੂੰ ਸਮਝ ਆ ਜਾਣੀ ਆ ਤੁਹਾਡਾ ਦੇਖਣ ਦਾ ਨਜ਼ਰੀਆ ਬਦਲ ਜਾਣਾ ਤੁਹਾਡਾ ਸੋਚਣ ਦਾ ਨਜ਼ਰੀਆ ਬਦਲ ਜਾਣਾ ਔਰ ਇਹੀ ਤਾਂ ਪਰਮੇਸ਼ਵਰ ਜੀ ਚਾਹੁੰਦੇ ਆ ਕਿ ਇੱਕ ਮਨੁੱਖ ਦਾ ਦੇਖਣਾ ਬਦਲ ਜਾਏ ਇੱਕ ਮਨੁੱਖ ਦਾ ਸੋਚਣਾ ਬਦਲ ਜਾਏ ਕਿ ਉਹ ਸੰਸਾਰ ਤੇ ਅੱਖਾਂ ਲਾ ਕੇ ਬੈਠਾ ਉਹ ਸੰਸਾਰ ਤੋਂ ਉੱਪਰ ਦੇਖੇ ਕਿੰਨਾ ਹੇਠਿਆਂ ਨੂੰ ਨਹੀਂ ਪਰ ਉੱਪਰ ਨੂੰ ਆਪਣੀਆਂ ਅੱਖਾਂ ਲਾਓ ਕਿਉਂ ਕਿ ਕਿਉਂਕਿ ਹੇਠਾਂ ਕੀ ਆ ਸੰਸਾਰ ਧਰਤੀ ਦੀਆਂ ਚੀਜ਼ਾਂ ਆ ਉੱਪਰ ਨੂੰ ਅੱਖਾਂ ਲਾਉਣਾ ਮਤਲਬ ਸੰਸਾਰ ਤੋਂ ਉੱਪਰ ਉੱਠਣਾ ਸੰਸਾਰਿਕ ਬਿਲਾਸ਼ਾਵਾਂ ਤੋਂ ਬਾਹਰ ਨਿਕਲਣਾ ਠੀਕ ਆ ਸਾਡੇ ਜਿਸਮ ਨੂੰ ਸ਼ਿਫਾ ਦੀ ਜ਼ਰੂਰਤ ਆ ਔਰ ਅੱਜ ਸ਼ਿਫਾ ਜ਼ਬਰਦਸਤ ਤਰੀਕੇ ਦੀ ਹੋਊਗੀ ਇੱਥੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਔਰ ਜਿੰਨੇ ਵੀ ਲੋਕ ਇੱਥੇ ਬੈਠਿਆ ਇਹਨਾਂ ਦਾ 90% ਅੱਜ ਆਪਣੀ ਸ਼ਿਫਾ ਨੂੰ ਲਊਗਾ 90% ਆਪਣੀ ਸ਼ਿਫਾ ਨੂੰ ਲਊਗਾ ਪਰ ਉਹਦੇ ਲਈ ਇੱਕ ਟਰਮ ਕੰਡੀਸ਼ਨ ਆ ਉਹ ਇਹ ਹੀ ਆ ਕਿ ਆਪਣੀ ਨੇਚਾ ਨੂੰ ਵੱਡੀ ਕਰ ਲਿਓ ਤੇ ਆਪਣੇ ਪਰਮੇਸ਼ਵਰ ਦੇ ਪ੍ਰਤੀ ਜਿਹੜਾ ਪ੍ਰੇਮ ਉਹਨੂੰ ਵੱਡਾ ਕਰ ਲਿਓ ਮੀਟਿੰਗ ਓਵਰ ਹੋਣ ਦੇ ਪਹਿਲਾਂ-ਪਹਿਲਾਂ ਤੁਹਾਡਾ ਚਮਤਕਾਰ ਅੱਜ ਪ੍ਰਗਟ ਹੋ ਜਾਊਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਆਪਾਂ ਨੇਚਾ ਦੀ ਬਰਕਤ ਦੇ ਬਾਰੇ ਵਿੱਚ ਸਿੱਖਣਾ ਹੈ ਤੇ ਆਪਾਂ ਦੇਖਦੇ ਹਾਂ ਯੋਹੰਨਾ ਦੀ ਕਿਤਾਬ ਨਵੇਂ ਨੇਮ ਦੇ ਵਿੱਚ ਨਿਊ ਟੈਸਟਾਮੈਂਟ ਦੇ ਵਿੱਚ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਾਂਗੇ ਬੁੱਕ ਆਫ ਜੌਨ ਯੋਹੰਨਾ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਉਹਦੀ ਆਪਾਂ 15 ਤੋਂ 1 21 ਨੰਬਰ ਪੰਕਤੀ ਤੱਕ ਸਹਿਜ ਨਾਲ ਪੜਾਂਗੇ ਹੌਲੀ ਹੌਲੀ ਪੜਾਂਗੇ ਆਪਾਂ ਇੱਥੇ ਲਿਖਿਆ ਭਈ ਜੋ ਕੋਈ ਨੇਚਾ ਕਰੇ ਸੋ ਉਸ ਵਿੱਚ ਸਦੀਪਕ ਜੀਵਨ ਪ੍ਰਾਪਤ ਕਰੇ ਕਿ ਆ ਜੋ ਕੋਈ ਨੇਚਾ ਕਰੇ ਜਿਹੜਾ ਕੋਈ ਹਰ ਕੋਈ ਨਹੀਂ ਜੋ ਕੋਈ ਜਿਹੜਾ ਵੀ ਨੇਚਾ ਕਰੇ ਵਿਸ਼ਵਾਸ ਰੱਖੇ ਉਹ ਸਵਿਚ ਸੁਦੀਪਕ ਜੀਵਨ ਪ੍ਰਾਪਤ ਕਰੇ ਪਰਮੇਸ਼ਵਰ ਦੇ ਵਿੱਚ ਉਹ ਸਦਾ ਦਾ ਜੀਵਨ ਲੈ ਲਵੇਗਾ ਕੌਣ ਲੈ ਸਕਦਾ ਸਦਾ ਦਾ ਜੀਵਨ ਜਿਹੜਾ ਵੀ ਮਨੁੱਖ ਨੇਚਾ ਕਰੇ ਅੱਗੇ ਆਪਾਂ ਦੇਖਣਾ ਉਹ ਨੇਚਾ ਕਿਦਾਂ ਦੀ ਹੋਣੀ ਚਾਹੀਦੀ ਆ ਕਿਉਂਕਿ ਪਰਮੇਸ਼ਵਰ ਨੇ ਜਗਤ ਨੂੰ ਅਝੇਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾ ਜੋ ਹਰੇਕ ਜੋ ਉਸ ਉਤੇ ਨੇਚਾ ਕਰੇ ਨਾਸ ਨਾ ਹੋਵੇ ਪਰ ਸਦਾ ਦਾ ਜੀਵਨ ਪ੍ਰਾਪਤ ਕਰੇ ਦੇਖੋ ਪਰਮੇਸ਼ਵਰ ਨੇ ਆਪਣਾ ਪ੍ਰੇਮ ਪ੍ਰਗਟ ਕੀਤਾ ਹੈ ਪਰਮੇਸ਼ਵਰ ਨੇ ਆਪਣੇ ਪ੍ਰੇਮ ਨੂੰ ਦਬਾ ਕੇ ਨਹੀਂ ਰੱਖਿਆ ਪਰਮੇਸ਼ਵਰ ਨੇ ਆਪਣਾ ਪ੍ਰੇਮ ਪ੍ਰਗਟ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉਤੇ ਨੇਚਾ ਕਰੇ ਤਾਂ ਜੋ ਹਰ ਉਹ ਇਨਸਾਨ ਜਿਹੜਾ ਵੀ ਨੇਚਾ ਕਰੇ ਕਹਦੇ ਉੱਤੇ ਪਰਮੇਸ਼ਵਰ ਦੇ ਪੁੱਤਰ ਦੇ ਉੱਤੇ ਨੇਚਾ ਕਰੇ ਉਹ ਨਾਸ ਨਾ ਹੋਵੇ ਪਰ ਸਦੀਪਕ ਜੀਵਨ ਪਾਵੇ ਪਰ ਉਹ ਸਦਾ ਦਾ ਜੀਵਨ ਪ੍ਰਾਪਤ ਕਰੇ ਪਰਮੇਸ਼ਵਰ ਨੇ ਆਪਣੇ ਪ੍ਰੇਮ ਨੂੰ ਪ੍ਰਗਟ ਕੀਤਾ ਕਿ ਨਹੀਂ ਕੀਤਾ ਪਰਮੇਸ਼ਵਰ ਨੇ ਪ੍ਰਗਟ ਕੀਤਾ ਆਪਣਾ ਪ੍ਰੇਮ ਪ੍ਰਭੂ ਯਿਸੂ ਮਸੀਹ ਨੂੰ ਸਾਡੇ ਗੁਨਾਹਾਂ ਦੇ ਲਈ ਤੁਹਾਡਿਆਂ ਗੁਨਾਹਾਂ ਦੇ ਲਈ ਆਪਣੇ ਧੀਆਂ ਪੁੱਤਰਾਂ ਦੇ ਆਪਣੇ ਘਰਾਣਿਆਂ ਦੇ ਗੁਨਾਹਾਂ ਦੇ ਲਈ ਉਨੇ ਕੁਰਬਾਨ ਹੋਣ ਦੇ ਲਈ ਬਲੀਦਾਨ ਹੋਣ ਦੇ ਲਈ ਆਪਣੇ ਪਿਆਰੇ ਪੁੱਤਰ ਨੂੰ ਭੇਜਿਆ ਕਿ ਉਹ ਸਾਡੇ ਗੁਨਾਹਾਂ ਨੂੰ ਆਪਣੇ ਬਦਨ ਦੇ ਉੱਤੇ ਚੱਕ ਕੇ ਸਲੀਬ ਦੇ ਉੱਤੇ ਬਲੀਦਾਨ ਹੋ ਜਾਏ ਤਾਂ ਜੋ ਉਹ ਸਜ਼ਾ ਜਿਹੜੀ ਸਾਡੇ ਗੁਨਾਹਾਂ ਦੀ ਸਾਨੂੰ ਮਿਲਣੀ ਸੀ ਉਹ ਸਾਨੂੰ ਨਾ ਮਿਲੇ ਪਰ ਸਾਨੂੰ ਉਹਦੇ ਬਦਲੇ ਕੀ ਮਿਲੇ ਸਦਾ ਦਾ ਜੀਵਨ ਮਿਲੇ ਦੇਖੋ ਪਰਮੇਸ਼ਵਰ ਜੀ ਆਪਣੇ ਕਾਨੂੰਨ ਦੇ ਬਹੁਤ ਪੱਕੇ ਆ ਉਹ ਕਦੀ ਵੀ ਆਪਣੇ ਕਾਨੂੰਨ ਨੂੰ ਬਦਲਦੇ ਨਹੀਂ ਆ ਅਗਰ ਵਚਨ ਦੇ ਵਿੱਚ ਇੱਕ ਕਾਨੂੰਨ ਆ ਧਿਆਨ ਨਾਲ ਇਸ ਟ੍ਰੀਜ਼ ਨੂੰ ਨੋਟਿਸ ਕਰਿਓ ਵਚਨ ਦੇ ਵਿੱਚ ਇੱਕ ਕਾਨੂੰਨ ਠਹਿਰਾਇਆ ਗਿਆ ਆ ਔਰ ਨਵੇਂ ਨੇਮ ਦੇ ਵਿੱਚ ਉਹ ਕਾਨੂੰਨ ਆ ਉਹ ਕਾਨੂੰਨ ਕੀ ਆ ਪਾਪ ਦੀ ਮਜ਼ਦੂਰੀ ਮੌਤ ਆ ਹੁਣ ਆਪਾਂ ਕਿੰਨੇ ਪਾਪ ਕੀਤੇ ਆ ਹਜ਼ਾਰਾਂ ਹੋ ਸਕਦਾ ਲੱਖਾਂ ਪਰ ਹਜ਼ਾਰਾਂ ਤਾਂ ਪੱਕੇ ਆ ਤਾਂ ਇਹਦਾ ਮਤਲਬ ਸਾਡੀ ਮਜ਼ਦੂਰੀ ਫਿਰ ਕੀ ਹੋਈ ਮੌਤ ਪਰ ਪਰਮੇਸ਼ਵਰ ਦਾ ਕਾਨੂੰਨ ਤਾਂ ਬਦਲਦਾ ਵੀ ਨਹੀਂ ਆ ਫਿਰ ਸਦਾ ਦਾ ਜੀਵਨ ਸਾਡੇ ਲਈ ਕਿੱਦਾਂ ਹੋ ਗਿਆ ਅਸੀਂ ਉਸ ਪਾਪ ਦੀ ਸਜ਼ਾ ਤੋਂ ਕਿੱਦਾਂ ਮੁਕਤ ਹੋ ਗਏ ਪਰਮੇਸ਼ਵਰ ਦੇ ਪ੍ਰੇਮ ਦੇ ਦੁਆਰਾ ਪਰਮੇਸ਼ਵਰ ਨੇ ਆਪਣਾ ਕਾਨੂੰਨ ਨਹੀਂ ਬਦਲਿਆ ਪਾਪ ਦੀ ਮਜ਼ਦੂਰੀ ਮੌਤ ਹੀ ਰਹਿਣ ਦਿੱਤੀ ਆ ਉਹ ਅੱਜ ਵੀ ਕਾਇਮ ਹੈ ਕਾਨੂੰਨ ਨੇ ਉਦਾਂ ਹੀ ਕੰਮ ਕੀਤਾ ਮੌਤ ਕਿਸੇ ਨੇ ਝੱਲੀ ਆਪਣੇ ਬਦਨ ਦੇ ਉੱਤੇ ਸਾਡੇ ਗੁਨਾਹਾਂ ਦੇ ਬਦਲੇ ਪਰ ਉਹ ਮੌਤ ਜਿਹੜੀ ਸਾਨੂੰ ਮਿਲਣੀ ਸੀ ਉਹ ਸਜ਼ਾ ਜਿਹੜੀ ਸਾਨੂੰ ਮਿਲਣੀ ਸੀ ਉਹ ਫੋੜੇ ਉਹ ਕੋੜੇ ਜਿਹੜੇ ਸਾਡੇ ਜਿਸਮ ਦੇ ਉੱਤੇ మాਸ ਨੂੰ ਉਖਾੜਨ ਦੇ ਲਈ ਹੋਣੇ ਸੀ ਉਹ ਪ੍ਰਭੂ ਯਿਸੂ ਮਸੀਹ ਨੇ ਜ਼ਖਮ ਆਪਣੇ بدن ਦੇ ਉੱਤੇ ਲੈ ਲੇ ਉਹ ਲਾਨ ਤਾਂ ਜਿਹੜੀਆਂ ਸਾਡੇ ਗੁਨਾਹਾਂ ਦਾ ਕਰਕੇ ਸਾਨੂੰ ਮਿਲਦੀਆਂ ਸੀ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਉੱਤੇ ਝੱਲ ਲਈਆਂ ਔਰ ਆਪਣੇ ਜਿਸਮ ਨੂੰ ਬਲੀਦਾਨ ਦੇ ਲਈ ਸਲੀਬ ਤੱਕ ਪਹੁੰਚਾਇਆ ਹallelujah ਬਵਸਥਾ ਚੇਂਜ ਨਹੀਂ ਹੋਈ ਕਾਨੂੰਨ ਨਹੀਂ ਬਦਲਿਆ ਪਾਪ ਦੀ ਮਜ਼ਦੂਰੀ ਮੌਤ ਆ ਔਰ ਉਹ ਜਿਸਮਾਨੀ ਮੌਤ ਪ੍ਰਭੂ ਯਿਸੂ ਮਸੀਹ ਜੀ ਨੇ ਚੱਲੀ ਸਜ਼ਾ ਮਿਲੀ ਪਰ ਸਾਨੂੰ ਨਹੀਂ ਕਿੰਨੂੰ ਮਿਲੀ ਪ੍ਰਭੂ ਯਿਸੂ ਮਸੀਹ ਨੂੰ ਮਿਲੀ ਹੁਣ ਤੁਸੀਂ ਸੋਚੋ ਕਿ ਇੱਕ ਇੱਕ ਇਲਾਹੀ ਸ਼ਕਤੀ ਜਿਨੇ ਸਾਡੀ ਸਜ਼ਾ ਚੱਲ ਲਈ ਸਾਡੇ ਅੰਦਰ ਉਹਦੇ ਲਈ ਕੀ ਆ ਸਾਡੇ ਅੰਦਰ ਉਹਦੇ ਵਾਸਤੇ ਕਿੰਨਾ ਕ ਪ੍ਰੇਮ ਆ ਕਿੰਨੀ ਕ ਵਾਰੀ ਦਿਨ ਚ ਅਸੀਂ ਉਹਦੇ ਬਾਰੇ ਚ ਸੋਚਦੇ ਆ ਕਿੰਨਾ ਕ ਪ੍ਰੇਮ ਸਾਡੇ ਅੰਦਰ ਉੱਛਲਦਾ ਆ ਉਹਦੇ ਲਈ ਕਦੀ ਉੱਛਲਿਆ ਵੀ ਕਿ ਨਹੀਂ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਅੰਦਰ ਇੱਕ ਵਾਰੀ ਵੀ ਪ੍ਰਭੂ ਯੇਸੂ ਮਸੀਹ ਦਾ ਪ੍ਰੇਮ ਨਹੀਂ ਉੱਛਲਿਆ ਇੱਕ ਵਾਰੀ ਵੀ ਉਹਨਾਂ ਦਾ ਦਿਲ ਨਹੀਂ ਕੀਤਾ ਕਿ ਕਾਸ਼ ਮੇਰੇ ਸਾਹਮਣੇ ਪ੍ਰਭੂ ਯਿਸੂ ਮਸੀਹ ਹੋਣ ਤੇ ਮੈਂ ਉਹਨਾਂ ਨੂੰ ਘੁੱਟ ਕੇ ਜੱਫੀ ਪਾ ਲਵਾਂ ਮੈਂ ਉਹਨਾਂ ਨੂੰ ਗਲ ਨਾਲ ਲਾ ਲਵਾਂ ਇੱਕ ਬਰੀ ਵੀ ਦਿਲ ਨਹੀਂ ਕੀਤਾ ਕਿ ਪ੍ਰਭੂ ਯਿਸੂ ਮਸੀਹ ਮੇਰਾ ਪਿਆਰਾ ਦੁਲ੍ਹਾ ਆ ਇੱਕ ਦੁਲਹਨ ਵਿਆਹੇ ਜਾਣ ਤੋਂ ਪਹਿਲਾਂ ਕਿੰਨੇ ਸੁਪਨੇ ਦੇਖਦੀ ਆ ਆਪਣੇ ਦੂਲੇ ਦੇ ਬਾਰੇ ਵਿੱਚ ਮੈਂ ਉੱਥੇ ਜਾਊਂਗੀ ਮੈਂ ਉਸ ਘਰ ਚੇਦਾ ਰਹੂੰਗੀ ਮੈਂ ਆਪਣੇ ਦੂਲੇ ਨਾਲ ਮੈਂ ਇਦਾਂ ਗੱਲਾਂ ਕਰਿਆ ਕਰੂੰਗੀ ਉਹਦਾ ਸੁਭਾਅ ਇਦਾਂ ਦਾ ਹੋਊ ਮੈਂ ਉਹਨੂੰ ਇਦਾਂ ਖੁਸ਼ ਰੱਖੂੰ ਹਾਲਾਂਕਿ ਬਾਅਦ 'ਚ ਉਹ ਕਾਮਯਾਬ ਹੋਵੇ ਜਾਂ ਨਾ ਹੋਵੇ ਪਰ ਪਹਿਲਾਂ ਬਹੁਤ ਚੀਜ਼ਾਂ ਉਹ ਆਪਣੇ ਮਾਈਂਡ 'ਚ ਕ੍ਰੀਏਟ ਕਰਦੀ ਆ ਬਣਾਉਂਦੀ ਆ ਬਹੁਤ ਸੁਪਨੇ ਬਣਾਉਂਦੀ ਆ ਤੇ ਅਸੀਂ ਚਾਹੇ ਉਹ ਮਰਦ ਆ ਚਾਹੇ ਔਰਤਾਂ ਆ ਚਾਹੇ ਬੱਚੇ ਆ ਚਾਹੇ ਬਜ਼ੁਰਗ ਆ ਅਸੀਂ ਸਭ ਦੇ ਸਭ ਪ੍ਰਭੂ ਯਿਸੂ ਮਸੀਹ ਦੀ ਦੁਲਹਨ ਬਣਨ ਦੇ ਲਈ ਤਿਆਰ ਹੋ ਰਹੇ ਹਾਂ ਅਸੀਂ ਕਿੰਨਾ ਕੁ ਆਪਣੇ ਦੂਲੇ ਦੇ ਬਾਰੇ ਵਿੱਚ ਸੋਚਦੇ ਹਾਂ ਅਗਰ ਇੱਥੇ ਸੰਸਾਰ ਦੇ ਉੱਤੇ ਕਿਸੇ ਦੇ ਨਾਲ ਆਪਣਾ ਤੇ ਪਿਆਰ ਹੋਏ ਮਾਮੇ ਮਾਸੀ ਦੇ ਨਾਲ ਭੂਆ ਫੁੱਫੜ ਦੇ ਨਾਲ ਪਤੀ ਦੇ ਨਾਲ ਜਾਂ ਕਹਿ ਲਓ ਕਿ ਜਿੱਦਾਂ ਹੁਣ ਸੰਸਾਰ ਦੇ ਵਿੱਚ ਕੁੜੀਆਂ ਮੁੰਡਿਆਂ ਦਾ ਆ ਗਰਲਫ੍ਰੈਂਡ ਬੁਆਏਫ੍ਰੈਂਡ ਦੇ ਨਾਲ ਉਹ ਮੈਂਟਕ ਪਿੱਛੋਂ ਵਟਸਐਪ ਮੈਸੇਜ ਕਰਨ ਲੱਗ ਜਾਂਦੇ ਆ ਟੈਕਸਟ ਮੈਸੇਜ ਕਰਦੇ ਹੋ ਉਹਨਾਂ ਨੂੰ ਵੀ ਤੂੰ ਕਿੱਥੇ ਆ ਹੁਣੇ ਹੀ ਆਪਣੀ ਲਾਈਵ ਲੋਕੇਸ਼ਨ ਭੇਜ ਚੈੱਕ ਕਰਦੇ ਵੀ ਉਹ ਸੱਚੀ ਜੋ ਕਹਿ ਰਹੀ ਆ ਉਥੇ ਹੈਗਾ ਵੀ ਆ ਕਿ ਨਹੀਂ ਆਪਣੀ ਲਾਈਵ ਲੋਕੇਸ਼ਨ ਸੈਂਡ ਕਰੋ ਜੀ ਆਪਣਾ ਸਕਰੀਨ ਸ਼ਾਟ ਪੇਜ ਆਪਣੀ ਹੁਣੇ ਫੋਟੋ ਕਲਿੱਕ ਕਰਕੇ ਭੇਜ ਮਤਲਬ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਅਟੈਚ ਰਹਿੰਦੇ ਬਹੁਤ ਜ਼ਿਆਦਾ ਇੱਕ ਧੂਲਾ ਜਿਹਦੇ ਅਸੀਂ ਦੁਲਹਨ ਅਸੀਂ ਕਿੰਨੇ ਕ ਅਟੈਚਡ ਆ ਉਹਦੇ ਨਾਲ ਕਿੰਨੇ ਕੁ ਜੁੜੇ ਹੋਏ ਅਸੀਂ ਉਹਦੇ ਨਾਲ ਕਦੀ ਹੋਇਆ ਕਿ ਕੰਮ ਕਰਦਿਆਂ ਕਰਦਿਆਂ ਜੀ ਕੀਤਾ ਹੋਏ ਮੈਂ ਕੰਮ ਛੱਡ ਕੇ 2 ਮਿੰਟ ਜਾ ਕੇ ਪਹਿਲਾਂ ਮੈਂ ਆਪਣੇ ਦੁਹਲੇ ਨੂੰ ਮੈਸੇਜ ਕਰ ਲਵਾਂ ਬੇਸ਼ੱਕ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ WhatsApp ਤੇ ਮੈਸੇਜ ਨਹੀਂ ਕਰ ਸਕਦੇ ਪਰ ਤੁਹਾਡੇ ਕੋਲੇ ਤਾਂ ਸਭ ਤੋਂ ਲੇਟੈਸਟ ਸਿਸਟਮ ਆ ਜਿਹੜਾ ਹਾਲੇ ਤੱਕ ਇਸ ਸੰਸਾਰ ਦੇ ਵਿਗਿਆਨੀਆਂ ਕੋਲ ਵੀ ਨਹੀਂ ਆ ਕਿ ਤੁਸੀਂ ਇਦਾਂ ਹੀ ਪ੍ਰਾਰਥਨਾ ਕੀਤੀ ਤੇ ਤੁਹਾਡਾ ਮੈਸੇਜ ਡਿਲੀਵਰ ਹੋ ਗਿਆ ਹallelujah ਇਨਾ ਇਨਾ ਫਾਸਟ ਸਿਸਟਮ ਆ ਸਾਡੇ ਅੰਦਰ ਪਾਇਆ ਪਰਮੇਸ਼ਵਰ ਨੇ ਇੱਥੇ ਤਾਂ ਹਲੇ ਕੋਡਿੰਗ ਦਾ ਸਿਸਟਮ ਚੱਲ ਰਿਹਾ ਨਾ ਕੋਡਿੰਗ ਨੂੰ ਬੜਾ ਲੇਟੈਸਟ ਸਮਝਿਆ ਜਾਂਦਾ ਕਿ ਕਿਸੇ ਚੀਜ਼ ਨੂੰ ਡੀਕੋਡ ਕਰ ਲਿਆ ਉਹਨੂੰ ਪੜ੍ਹ ਲਿਆ ਉਹਨੂੰ ਸਮਝ ਲਿਆ ਤਾਂ ਹੋਰ ਚੀਜ਼ਾਂ ਚਿਪ ਲਾ ਲਓ ਤੇ ਬੰਦੇ ਦਾ ਦਿਮਾਗ ਪੜ੍ਹ ਲਓ ਤੇ ਲਟਰ ਪਟਰ ਪਰਮੇਸ਼ਵਰ ਨੇ ਆਪਣੇ ਲੋਕਾਂ ਦੇ ਅੰਦਰ ਉਹ ਸਿਸਟਮ ਪਾਇਆ ਕਿ ਇਹਨਾਂ ਨੂੰ ਕਿਸੇ ਡਿਵਾਈਸ ਦੀ ਜ਼ਰੂਰਤ ਨਹੀਂ ਹੈ ਕਿਸੇ ਡਿਵਾਈਸ ਦੀ ਕਿਸੇ ਯੰਤਰ ਦੀ ਜ਼ਰੂਰਤ ਨਹੀਂ ਆ ਤੁਸੀਂ ਬਸ 2 ਮਿੰਟ ਲਈ ਸਾਈਟ ਤੇ ਹੋਏ ਤੁਹਾਡੇ ਅੰਦਰ ਪਿਆਰ ਜਾਗਿਆ ਤੁਸੀਂ ਬਸ ਕਿਹਾ ਆਈ ਲਵ ਯੂ ਜੀਜ਼ਸ ਤੁਸੀਂ ਕਿਹਾ ਤਾਂ ਯਿਸੂ ਮਸੀਹ ਨੂੰ ਪਤਾ ਲੱਗ ਗਿਆ ਕਿ ਐਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਦਾ ਸੋ ਕਿੰਨੀ ਵਾਰੀ ਰੋਟੀ ਬਣਾਉਂਦਿਆ ਤੁਸੀਂ ਕਿਹਾ ਕਿੰਨੀ ਵਾਰੀ ਝਾੜੂ ਫੇਰਦਿਆ ਕਿਹਾ ਕਿੰਨੀ ਵਾਰੀ ਖੇਤ ਵਾਹੁੰਦਿਆ ਕਿਹਾ ਕਿੰਨੀ ਵਾਰੀ ਕੰਮ ਕਰਦਿਆ ਕਿਹਾ ਕਦੀ ਕਿਹਾ ਮਰੇ ਸੇ ਮੂੰ ਚੱਕ ਕੇ ਆ ਜੰਨੇ ਆ ਪ੍ਰਭੂ ਮੈਨੂੰ ਆ ਦੇ ਦੇ ਮੈਨੂੰ ਉਹ ਦੇ ਦੇ ਉਹ ਦੇ ਦੇ ਤੇਰੇ ਨਾਲ ਪਿਆਰ ਪਿਓਰ ਕੋਈ ਨਹੀਂ ਮੇਰਾ ਬਸ ਤੇਰੀਆਂ ਚੀਜ਼ਾਂ ਨਾਲ ਮੇਰਾ ਚੰਗਾ ਖਾਸਾ ਪ੍ਰੇਮ ਆ ਅਗਰ ਕਿਸੇ ਧੂਲੇ ਨੂੰ ਇਹ ਪਤਾ ਲੱਗੇ ਕਿ ਉਹਦੀ ਦੁਲਹਨ ਦਾ ਉਹਦੇ ਵਿੱਚ ਕੋਈ ਇੰਟਰਸਟ ਨਹੀਂ ਆ ਕੋਈ ਦਿਲਚਸਪੀ ਨਹੀਂ ਆ ਉਸ ਲੜਕੀ ਦੀ ਜਿਹਦੇ ਨਾਲ ਉਸ ਲੜਕੇ ਦੀ ਸ਼ਾਦੀ ਹੋਣੀ ਆ ਪਰ ਉਸ ਲੜਕੀ ਦਾ ਸਾਰਾ ਜਿਹੜਾ ਪਿਆਰ ਆ ਉਹਦੀ ਦੌਲਤ ਦੇ ਨਾਲ ਉਹਦੇ ਘਰ ਦੇ ਨਾਲ ਉਹਦੀਆਂ ਗੱਡੀਆਂ ਦੇ ਨਾਲ ਉਹਦੇ ਬੈਂਕ ਬੈਲੈਂਸ ਦੇ ਨਾਲ ਕਿ ਉਸ ਕੁੜੀ ਦੇ ਨਾਲ ਉਹ ਵਿਆਹ ਕਰਾਉਣ ਦੇ ਲਈ ਤਿਆਰ ਹੋ ਜਾਊਗਾ ਕਿ ਉਹ ਮੁੰਡਾ ਉਸ ਕੁੜੀ ਦੇ ਨਾਲ ਵਿਆਹ ਕਰਾਊਗਾ ਜਿਹੜੀ ਕੁੜੀ ਕਹੇ ਕਿ ਮੈਨੂੰ ਤੇਰੇ ਨਾਲ ਪਿਆਰ ਨਹੀਂ ਪਰ ਤੇਰੀਆਂ ਗੱਡੀਆਂ ਦਾ ਕਰਕੇ ਵਿਆਹ ਕਰਾ ਲੂੰਗੀ ਤੇਰੇ ਪੈਸੇ ਦਾ ਕਰਕੇ ਵਿਆਹ ਕਰਾ ਲੂੰਗੀ ਤੇਰੇ ਵੱਡੇ ਘਰ ਦਾ ਕਰਕੇ ਵਿਆਹ ਕਰਾ ਲੂੰਗੀ ਤਾਂ ਕੀ ਉਹ ਇਹੋ ਜੀ ਲੜਕੀ ਨੂੰ ਇਹੋ ਜੀ ਇਹੋ ਜੀ ਜਿਹੜੀ ਉਹ ਔਰਤ ਆ ਉਹਨੂੰ ਆਪਣੀ ਲਾਈਫ ਦਾ ਹਿੱਸਾ ਬਣਾਉਣਾ ਚਾਹੂਗਾ ਕਦੇ ਵੀ ਨਹੀਂ ਅਗਰ ਇੱਕ ਮਨੁੱਖ ਹੋ ਕੇ ਉਹ ਐਕਸਪੈਕਟ ਕਰਦਾ ਆ ਉਹ ਆਸ ਕਰਦਾ ਆ ਕਿ ਜਿਹਦੇ ਨਾਲ ਮੇਰੀ ਸ਼ਾਦੀ ਹੋਣੀ ਆ ਉਹਦਾ ਪ੍ਰੇਮ ਮੇਰੇ ਨਾਲ ਹੋਏ ਉਹ ਮੇਰੇ ਦੁੱਖ ਵਿੱਚ ਵੀ ਮੇਰੇ ਨਾਲ ਹੋਏ ਮੇਰੇ ਸੁੱਖ ਵਿੱਚ ਵੀ ਮੇਰੇ ਨਾਲ ਹੋਏ ਔਰ ਮੇਰੇ ਨਾਲ ਉਹ ਅੰਡਰਸਟੈਂਡਿੰਗ ਦੇ ਨਾਲ ਚੱਲੇ ਸਮਝਦਾਰੀ ਦੇ ਨਾਲ ਅੰਡਰਸਟੈਂਡਿੰਗ ਮੀਨਸ ਕਿ ਉਹਦੀ ਤੇ ਉਹਦੀ ਦੁਲਹਨ ਦੀ ਦੋ ਜਾਣਿਆਂ ਦੇ ਵਿਚਾਰ ਆਪਸ ਵਿੱਚ ਰਲਣ ਉਹਨੂੰ ਅੰਡਰਸਟੈਂਡਿੰਗ ਕਿਹਾ ਜਾਂਦਾ ਉਹਨੂੰ ਸਮਝਦਾਰੀ ਕਿਹਾ ਜਾਂਦਾ ਤਾਂ ਉਸ ਤਰੀਕੇ ਦੇ ਨਾਲ ਉਹ ਚੱਲਣ ਤਾਂ ਤੁਸੀਂ ਸੋਚੋ ਉਹ ਆਤਮਿਕ ਧੂਲਾ ਸਾਡੇ ਤੋਂ ਕਿੰਨੀ ਆਸ ਰੱਖਦਾ ਆ ਹallelujah ਤਾਂ ਸਾਡਾ ਪ੍ਰੇਮ ਕਿਤੇ ਕੇਸ ਲੈਵਲ ਤੇ ਆ ਉਹਦੇ ਨਾਲ ਸਾਨੂੰ ਸਮਝ ਆਉਣੀ ਚਾਹੀਦੀ ਨਾ ਕਿ ਅਸੀਂ ਕਿਸੇ ਦੀ ਦੁਲਹਣ ਆ ਬੇਸ਼ੱਕ ਸੰਸਾਰ ਦੇ ਵਿੱਚ ਇਸ ਸਰੀਰ ਦੇ ਵਿੱਚ ਬਾਇਓਲੋਜੀਕਲ ਸਾਡਾ ਹਸਬੰਡ ਕੋਈ ਹੋਰ ਆ ਪਰ ਸਾਡੇ ਸਪਿਰਿਟ ਦਾ ਹਸਬੰਡ ਜਿਹੜੇ ਮਸੀਹ ਦੇ ਵਿੱਚ ਆ ਗਏ ਆ ਉਹਨਾਂ ਦਾ ਗਰੂਮ ਪ੍ਰਭੂ ਯਿਸੂ ਮਸੀਹ ਉਹਨਾਂ ਦਾ ਦੂਲਾ ਪ੍ਰਭੂ ਯਿਸੂ ਮਸੀਹ ਤੁਹਾਡੇ ਧੂਲੇ ਦੇ ਲਈ ਸੁਪਨੇ ਸੰਜੋਵੋ ਆਪਣੇ ਦਿਲ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਆਪਣੇ ਧੂਲੇ ਦੀ ਪਸੰਦ ਦਾ ਸ਼ਿੰਗਾਰ ਕਰੋ ਆਪਣੇ ਧੂਲੇ ਦੀ ਪਸੰਦ ਦੇ ਵਸਤਰ ਪਹਿਨੋ ਆਪਣੇ ਧੂਲੇ ਨੂੰ ਆਪਣਾ ਪ੍ਰੇਮ ਪ੍ਰਗਟ ਕਰੋ ਔਰ ਉਹਨੂੰ ਪਤਾ ਲੱਗੇ ਕਿ ਤੁਹਾਨੂੰ ਉਹਦੇ ਲਾਲਚ ਨਹੀਂ ਆ ਉਹਦੀ ਦੌਲਤ ਦਾ ਪਰ ਤੁਹਾਨੂੰ ਪ੍ਰੇਮ ਆ ਤੁਹਾਡੇ ਸੱਚੀ ਦੇ ਧੂਲੇ ਦੇ ਨਾਲ ਜਾ ਕੇ ਤੁਸੀਂ ਉਹਦੀ ਦੁਲਹਨ ਬਣ ਕੇ ਉਹਦੀਆਂ ਚੀਜ਼ਾਂ ਦੇ ਅਧਿਕਾਰੀ ਹੋਵੋਗੇ ਅਦਰਵਾਇਜ਼ ਨਹੀਂ ਜਦੋਂ ਤੱਕ ਅਸੀਂ ਪਤਨੀਆਂ ਨਹੀਂ ਬਣੂਗੇ ਉਦੋਂ ਤੱਕ ਪਤੀ ਦੀ ਜਾਇਦਾਦ ਦੇ ਪਤੀ ਦੀਆਂ ਚੀਜ਼ਾਂ ਦੇ ਅਧਿਕਾਰੀ ਨਹੀਂ ਹੋ ਸਕਦੇ ਚਾਹੇ ਉਹ ਮਰਦ ਆ ਤੇ ਚਾਹੇ ਉਹ ਔਰਤ ਆ ਸਾਨੂੰ ਪ੍ਰਭੂ ਯੀਸੂ ਮਸੀਹ ਦੇ ਲਈ ਤਿਆਰ ਹੋਣਾ ਉਹਦੀ ਪਸੰਦ ਦਾ ਸ਼ਿੰਗਾਰ ਕਰਨਾ ਮਤਲਬ ਸਾਡਾ ਸ਼ਿੰਗਾਰ ਬਾਹਰੀ ਨਹੀਂ ਪਰ ਅੰਦਰੂਨੀ ਹੋਏ ਅਸੀਂ ਆਪਣੇ ਗੁਣਾਂ ਦੇ ਨਾਲ ਆਪਣੇ ਆਤਮਾ ਨੂੰ ਸ਼ਿੰਗਾਰਨਾ ਹੈ ਚੰਗੀਆਂ ਆਦਤਾਂ ਦੇ ਨਾਲ ਆਪਣੇ ਆਤਮਾ ਦਾ ਸ਼ਿੰਗਾਰ ਕਰਨਾ ਹੈ ਚੰਗੇ ਵਸਤਰਾਂ ਤੋਂ ਮਤਲਬ ਆਤਮਿਕ ਵਸਤਰਾਂ ਨੂੰ ਪਹਿਨਣਾ ਹੈ ਧਾਰਮਿਕਤਾ ਦੇ ਵਸਤਰਾਂ ਨੂੰ ਪਹਿਨਣਾ ਹੈ ਸਾਡੇ ਵਸਤਰ ਬੇਦਾਗ ਹੋਣੇ ਚਾਹੀਦੇ ਆ ਸਾਡੇ ਵਸਤਰਾਂ ਦੇ ਉੱਤੇ ਲਾਲਚ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਪ੍ਰਭੂ ਯਿਸੂ ਮਸੀਹ ਦੀ ਦੁਲਹਨ ਬਣਦੇ ਆ ਤਾਂ ਜਾ ਕੇ ਅਸੀਂ ਉਹਦੀਆਂ ਬਰਕਤਾਂ ਦੇ ਅਧਿਕਾਰੀ ਬਣਦੇ ਆ ਅੱਜ ਤੋਂ ਆਪਣੇ ਅੰਦਰ ਪ੍ਰੇਮ ਨੂੰ ਪੈਦਾ ਹੋਣ ਦਿਓ ਉਹ ਪ੍ਰੇਮ ਜਿਹੜਾ ਪਰਮੇਸ਼ਵਰ ਦੇ ਲਈ ਆ ਦੇਖੋ ਬਿਮਾਰੀ ਤੋਂ ਚੰਗੇ ਹੋ ਜਾਣਾ ਕੋਈ ਬਹੁਤ ਵੱਡਾ ਕੰਮ ਨਹੀਂ ਆ ਮੇਰੇ ਪਰਮੇਸ਼ਵਰ ਦੇ ਲਈ ਤਾਂ ਇਹ ਤੁੱਛ ਮਾਤਰੀਆ ਕਿੱਕਾ ਜਿਹਾ ਕੰਮ ਆ ਛੋਟਾ ਜਿਹਾ ਕੰਮ ਆ ਤੁਹਾਨੂੰ ਚੰਗਾ ਕਰਨਾ ਉਹ ਤੇ ਤੁਸੀਂ ਅੱਜ ਹੋ ਹੀ ਜਾਣਾ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਪਰ ਮੇਰੇ ਪਰਮੇਸ਼ਵਰ ਦੀ ਇੱਛਾ ਆ ਕਿ ਉਹ ਤੁਹਾਨੂੰ ਮੁਕਤੀ ਪਾਏ ਹੋਏ ਵਸਤਰਾਂ ਦੇ ਵਿੱਚ ਦੇਖੇ ਅਰੇ ਇਹ ਹੋ ਸਕਦਾ ਆ ਨੇਚਾ ਦੇ ਰਾਈ ਅਰ ਨੇਚਾ ਦੇ ਰਾਹੀਂ ਤੁਸੀਂ ਉਹਨਾਂ ਸਾਰੀਆਂ ਬਰਕਤਾਂ ਨੂੰ ਪ੍ਰਾਪਤ ਕਰ ਸਕਦੇ ਆ ਜੋ ਤੁਸੀਂ ਆਪਣੇ ਜੀਵਨ ਦੇ ਵਿੱਚ ਕਰਨਾ ਚਾਹੁੰਦੇ ਆ ਨੇਚਾ ਕੀ ਕਰਨੀ ਆਪਾਂ ਦੇਖਦੇ ਆ ਆਪਾਂ ਦੇਖ ਰਹੇ ਸੀ ਯੋਹੰਨਾ ਦੀ ਕਿਤਾਬ ਉਹਦਾ 3 ਨੰਬਰ ਅਧਿਆਏ ਦੇ ਵਿੱਚ ਆਪਾਂ ਦੇਖ ਰਹੇ ਆ ਇੱਥੇ 17 ਨੰਬਰ ਦੇ ਵਿੱਚ ਆਪਾਂ ਦੇਖਦੇ ਆ ਪਰਮੇਸ਼ਵਰ ਨੇ ਪੁੱਤਰ ਨੂੰ ਜਗਤ ਵਿੱਚ ਇਸ ਲਈ ਨਹੀਂ ਕੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹਦੇ ਰਾਈ ਬਚਾਇਆ ਜਾਵੇ ਵਚਨ ਚ ਲਿਖਿਆ ਪਰਮੇਸ਼ਵਰ ਨੇ ਪੁੱਤਰ ਨੂੰ ਪ੍ਰਭੂ ਯਿਸੂ ਮਸੀਹ ਜੀ ਨੂੰ ਜਗਤ ਵਿੱਚ ਇਸ ਲਈ ਨਹੀਂ ਕੱਲਿਆ ਕਿਉਂ ਆਣ ਕੇ ਸਾਰੇ ਲੋਕਾਂ ਨੂੰ ਇਹ ਕਹੇ ਕਿ ਤੂੰ ਵੀ ਗਲਤੀਆਂ ਤੂੰ ਵੀ ਗਲਤੀਆਂ ਤੂੰ ਵੀ ਗਲਤੀਆਂ ਤੂੰ ਵੀ ਗਲਤੀਆਂ ਦੋਸ਼ੀ ਠਹਿਰਾਉਣ ਦੇ ਲਈ ਨਹੀਂ ਪਰ ਕਾਦੇ ਲਈ ਕੱਲਿਆ ਜਗਤ ਉਹਦੇ ਰਹੀਂ ਬਚਾਇਆ ਜਾਵੇ ਇਸ ਲਈ ਭੇਜਿਆ ਕਿ ਜਦੋਂ ਗਲਤ ਹੋਏ ਲੋਕ ਗੁਨਾਹਗਾਰ ਲੋਕ ਪਾਪ ਕਰਨ ਵਾਲੇ ਲੋਕ ਪਛਤਾਪ ਆਪਣੇ ਮਨ ਦੇ ਅੰਦਰ ਲੈ ਕੇ ਔਰ ਗੁਨਾਹਾਂ ਨੂੰ ਛੱਡਣ ਦਾ ਮਨ ਬਣਾ ਕੇ ਜਦੋਂ ਪ੍ਰਭੂ ਯੀਸੂ ਮਸੀਹ ਦੇ ਕੋਲ ਆਉਣ ਜਦੋਂ ਨੇਚਾ ਲੈ ਕੇ ਆਉਣ ਕਿ ਹਾਂ ਅਸੀਂ ਇਹਨਾਂ ਗਲਤ ਚੀਜ਼ਾਂ ਤੋਂ ਆਜ਼ਾਦ ਹੋਣਾ ਚਾਹੁੰਦੇ ਹਾਂ ਉਹ ਬਚਾਏ ਜਾਣ ਕਿਉਂਕਿ ਅਦਰਵਾਈਜ਼ ਪਾਪ ਦੀ ਮਜ਼ਦੂਰੀ ਕੀ ਹੈ ਮੌਤ ਹੈ ਕਿ ਗੁਨਾਹ ਦੀ ਸਜ਼ਾ ਮਿਲਣੀ ਮਿਲਣੀ ਆ ਪਰ ਜਦੋਂ ਕੋਈ ਮਨੁੱਖ ਗੁਨਾਹ ਵਾਲਾ ਜੀਵਨ ਹੁੰਦਿਆ ਹੋਇਆ ਪਰ ਆਪਣੇ ਮਨ ਨੂੰ ਇਹ ਤਿਆਰ ਕਰਕੇ ਕਿ ਮੈਂ ਹੋਰ ਗੁਨਾਹ ਵਾਲਾ ਜੀਵਨ ਨਹੀਂ ਜੀਣਾ ਮੈਂ ਇਹਨਾਂ ਗੁਨਾਹਾਂ ਤੋਂ ਆਜ਼ਾਦ ਹੋਣਾ ਆ ਔਰ ਮੈਨੂੰ ਇਹਨਾਂ ਗੁਨਾਹਾਂ ਦੀ ਸਜ਼ਾ ਨਾ ਮਿਲੇ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਆ ਜਾਵੇ ਤਾਂ ਕਿੰਨਾ ਪਰਮੇਸ਼ੁਰ ਨੇ ਇਸੇ ਲਈ ਭੇਜਿਆ ਕਿ ਜਗਤ ਉਹਦੇ ਰਹੀਂ ਬਚਾਇਆ ਜਾ ਹalleluyah ਜਿਹੜਾ ਉਸ ਉੱਤੇ ਨੇਚਾ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਦਾ ਜਿਹੜਾ ਵੀ ਪ੍ਰਭੂ ਯੀਸੂ ਮਸੀਹ ਜੀ ਦੇ ਉੱਤੇ ਨੇਚਾ ਕਰ ਲੈਂਦਾ ਆ ਕਿ ਹਾਂ ਉਹ ਮੇਰਾ ਮੁਕਤੀਦਾਤਾ ਪਰਮੇਸ਼ਵਰ ਆ ਹਾਂ ਸਿਰਫ ਉਸ ਦੇ ਹੀ ਲਹੂ ਵਹਾਉਣ ਦੇ ਵਸੀਲੇ ਨਾਲ ਮੇਰੇ ਆਤਮਿਕ ਵਸਤਰਾਂ ਦੇ ਉੱਤੇ ਲੱਗੇ ਹੋਏ ਪਾਪ ਦੇ ਦਾਗ ਧੋਤੇ ਜਾ ਰਹੇ ਆ ਧੋਤੇ ਗਏ ਆ ਅਰ ਪ੍ਰਭੂ ਯੀਸੂ ਮਸੀਹ ਮੇਰੇ ਗੁਨਾਹਾਂ ਦੇ ਲਈ ਬਲੀਦਾਨ ਹੋਏ ਆ ਪ੍ਰਭੂ ਯੀਸੂ ਮਸੀਹ ਨੇ ਮੇਰੇ ਨਾਲ ਪ੍ਰੇਮ ਕੀਤਾ ਇਸ ਲਈ ਦੁੱਖ ਝੱਲ ਲਿਆ ਆ ਔਰ ਪਰਮੇਸ਼ਵਰ ਨੇ ਪ੍ਰਭੂ ਯੀਸੂ ਮਸੀਹ ਨੂੰ ਮੇਰਾ ਮੁਕਤੀਦਾਤਾ ਠਹਿਰਾ ਕੇ ਇਸ ਸੰਸਾਰ ਵਿੱਚ ਭੇਜਿਆ ਜਦੋਂ ਉਹ ਇਸ ਚੀਜ਼ ਨੂੰ ਅੰਗੀਕਾਰ ਕਰ ਲਵੇ ਆਪਣੇ ਅੰਦਰ ਲੈ ਲਵੇ ਤਾਂ ਵਚਨ ਦੇ ਵਿੱਚ ਲਿਖਿਆ ਉਹ ਦੋਸ਼ੀ ਨਹੀਂ ਠਹਿਰਦਾ ਜਿਹੜਾ ਨੇਚਾ ਕਰਦਾ ਆ ਕਿਹੜੀ ਚੀਜ਼ ਤੇ ਕਿ ਮੈਨੂੰ ਯੀਸੂ ਮਸੀਹ ਦੇ ਨਾਮ 'ਚ ਵੀਜ਼ਾ ਮਿਲ ਜਾਣਾ ਇਹ ਨੇਚਾ ਕਰ ਲਈ ਇਦਾਂ ਅਰ ਇਹ ਨੇਚਾ ਕਰਨੀ ਕੇ ਪ੍ਰਭੂ ਯੇਸੂ ਮਸੀਹ ਪਰਮੇਸ਼ਵਰ ਜੀ ਦੇ ਪੁੱਤਰ ਆ ਅਰ ਪ੍ਰਭੂ ਯੇਸੂ ਮਸੀਹ ਮੇਰੇ ਗੁਨਾਹਾਂ ਦੇ ਲਈ ਬਲੀਦਾਨ ਹੋਏ ਆ ਅਰ ਮੇਰੇ ਗੁਨਾਹਾਂ ਦੀ ਮਾਫੀ ਪ੍ਰਭੂ ਯੇਸੂ ਮਸੀਹ ਦੇ ਨਾਮ ਦੇ ਵਿੱਚ ਆ ਇਹ ਵਿਸ਼ਵਾਸ ਰੱਖਣਾ ਫਿਰ ਅਸੀਂ ਦੋਸ਼ਾਂ ਤੋਂ ਮੁਕਤ ਹੋ ਜੰਨੇ ਆ ਅਸੀਂ ਦੋਸ਼ੀ ਨਹੀਂ ਠਹਿਰਦੇ ਪਰ ਜਿਹੜਾ ਨੇਚਾ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਿਆ ਜਿਹੜਾ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਹੀ ਆਪਣੇ ਗੁਨਾਹਾਂ ਦਾ ਕਰਕੇ ਦੋਸ਼ੀ ਠਹਿਰ ਚੁੱਕਿਆ ਹੈ ਕਿਉਂਕਿ ਉਸ ਨੇ ਪਰਮੇਸ਼ਵਰ ਦੇ ਇਕਲੌਤੇ ਪੁੱਤਰ ਦੇ ਨਾਮ ਉੱਤੇ ਨੇਚਾ ਨਹੀਂ ਕੀਤੀ ਹੈ ਅਤੇ ਦੋਸ਼ੀ ਠਹਿਰਨ ਦਾ ਇਹ ਕਾਰਨ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਇਸ ਲਈ ਭਈ ਉਹਨਾਂ ਦੇ ਕੰਮ ਭੜੇ ਸਨ ਹਨੇਰੇ ਨੂੰ ਚਾਨਣ ਨਾਲੋਂ ਵਧੇਰੇ ਪਿਆਰ ਕੀਤਾ ਉਹਨਾਂ ਦੇ ਦੋਸ਼ੀ ਠਹਿਰਨ ਦਾ ਕਾਰਨ ਕੀ ਆ ਉਨ੍ਹਾਂ ਦੇ ਦੋਸ਼ੀ ਠਹਿਰਨ ਦਾ ਕਾਰਨ ਇਹ ਆ ਕਿ ਪਰਮੇਸ਼ਵਰ ਦਾ ਪੁੱਤਰ ਇਸ ਜਗਤ ਦੇ ਵਿੱਚ ਆਇਆ ਚਾਨਣ ਬਣ ਕੇ। ਵਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਗਤ ਦਾ ਚਾਨਣ ਮੈਂ ਹਾਂ ਜੋ ਕੋਈ ਮੇਰੇ ਪਿੱਛੇ ਚੱਲੇਗਾ ਮੂਲੋਂ ਹੀ ਹਨੇਰੇ ਵਿੱਚ ਨਾ ਰਹੇਗਾ। ਉਹ ਚਾਨਣ ਦੇ ਵਿੱਚ ਚੱਲੇਗਾ। ਚਾਨਣ ਦਾ ਮਤਲਬ ਇਹ ਸੂਰਜ ਵਾਲਾ ਚਾਨਣ ਨਹੀਂ। ਚਾਨਣ ਦਾ ਅਸਲ ਮਤਲਬ ਆ ਜੀਵਨ ਚਾਨਣ ਦਾ ਅਸਲ ਮਤਲਬ ਇਹ ਬੁੱਧ ਦਾ ਪ੍ਰਾਪਤ ਹੋ ਜਾਣਾ ਚਾਨਣ ਦਾ ਮਤਲਬ ਇਹ ਨਹੀਂ ਆ ਜਿੰਨੂੰ ਅਸੀਂ ਰੋਸ਼ਨੀ ਕਹਿੰਦੇ ਆ ਕਿ ਇਹ ਜਿਹੜਾ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਇਦਾਂ ਸਾਨੂੰ ਨਜ਼ਰ ਆਉਂਦੀਆਂ ਫਿਜ਼ਿਕਲੀ ਇਸ ਚਾਨਣ ਦਾ ਮਤਲਬ ਇਹ ਆ ਜੀਵਨ ਇਸ ਚਾਨਣ ਦਾ ਮਤਲਬ ਇਹ ਆ ਬੁੱਧ ਅਕਲ ਅਰੇ ਜਗਤ ਦਾ ਚਾਨਣ ਬਣ ਕੇ ਜਗਤ ਦਾ ਜੀਵਨ ਬਣ ਕੇ ਜਗਤ ਦੇ ਲਈ ਬੁੱਧ ਬਣ ਕੇ ਪ੍ਰਭੂ ਯਿਸੂ ਮਸੀਹ ਇਸ ਜਗਤ ਵਿੱਚ ਆਏ ਕਿ ਇਸ ਜਗਤ ਦੇ ਲੋਕਾਂ ਦੀ ਅਕਲ ਤੇ ਜਿਹੜਾ ਪਰਦਾ ਪਿਆ ਹੋਇਆ ਆ ਉਹ ਪਰਦਾ ਚੱਕਿਆ ਜਾਏ ਔਰ ਉਹਨਾਂ ਨੂੰ ਪਤਾ ਲੱਗੇ ਕਿ ਅਸਲੀ ਜੀਵਨ ਕੀ ਹੁੰਦਾ ਆ ਆਜ਼ਾਦੀ ਵਾਲਾ ਜੀਵਨ ਕੀ ਹੁੰਦਾ ਆ ਪਰਮੇਸ਼ਵਰ ਦੇ ਪ੍ਰੇਮ ਵਾਲਾ ਜੀਵਨ ਕੀ ਹੁੰਦਾ ਆ ਉਹ ਚਾਨਣ ਬਣ ਕੇ ਆਏ ਪਰ ਬਹੁਤ ਸਾਰੇ ਲੋਕਾਂ ਨੇ ਉਸ ਚਾਨਣ ਨੂੰ ਨਹੀਂ ਲਿਆ ਆਪਣੇ ਜੀਵਨ ਦੇ ਵਿੱਚ ਕਿਉਂ ਨਹੀਂ ਲਿਆ ਕਿਉਂਕਿ ਉਹ ਹਨੇਰੇ ਦੇ ਗੁਲਾਮ ਬਣ ਚੁੱਕੇ ਉਹਨਾਂ ਨੂੰ ਹਨੇਰੇ ਦੇ ਕੰਮ ਜ਼ਿਆਦਾ ਚੰਗੇ ਲੱਗੇ ਇੱਥੇ ਲਿਖਿਆ ਦੋਸ਼ੀ ਠਹਿਰਨ ਦਾ ਇਹ ਕਾਰਨ ਹੈ ਕਿ ਚਾਨਣ ਜਗਤ ਵਿੱਚ ਆਇਆ ਤੇ ਮਨੁੱਖਾਂ ਨੇ ਇਸ ਲਈ ਭਈ ਉਹਨਾਂ ਦੇ ਕੰਮ ਭੈੜੇ ਸਨ ਹਨੇਰੇ ਨੂੰ ਚਾਨਣ ਨਾਲੋਂ ਵੱਧ ਪਿਆਰ ਕੀਤਾ ਲੋਕਾਂ ਨੇ ਸੰਸਾਰ ਦੇ ਲੋਕਾਂ ਨੇ ਚਾਨਣ ਨਾਲੋਂ ਵੱਧ ਪਿਆਰ ਹਨੇਰੇ ਨਾਲ ਕੀਤਾ ਬੇਅਕਲੀ ਦੇ ਕੰਮਾਂ ਦੇ ਨਾਲ ਬੇਸਮਝੀ ਦੇ ਕੰਮਾਂ ਦੇ ਨਾਲ ਦੁਸ਼ਟ ਵਾਲੇ ਕੰਮਾਂ ਦੇ ਨਾਲ ਵਿਪਚਾਰ ਵਾਲੇ ਕੰਮਾਂ ਦੇ ਨਾਲ ਹਰੇਕ ਕਿਨੌਣੇ ਕੰਮ ਦੇ ਨਾਲ ਪ੍ਰੇਮ ਕੀਤਾ ਕਿਉਂ ਕਿ ਉਹਨਾਂ ਨੂੰ ਲੱਗਾ ਕਿ ਜੇ ਅਸੀਂ ਇਹਨੂੰ ਆਪਣਾ ਮੁਕਤੀਦਾਤਾ ਬਣਾਇਆ ਫੇਰ ਤਾਂ ਅਸੀਂ ਇੱਕ ਔਰਤ ਤੋਂ ਵੱਧ ਦੋ ਹੋਰ ਕਿਸੇ ਹੋਰ ਔਰਤ ਨੂੰ ਆਪਣੇ ਜੀਵਨ ਵਿੱਚ ਨਹੀਂ ਰੱਖ ਸਕਦੇ ਇੱਕ ਬੰਦੇ ਤੋਂ ਬਾਅਦ ਅਸੀਂ ਕਿਸੇ ਹੋਰ ਬੰਦੇ ਨੂੰ ਆਪਣੇ ਜੀਵਨ 'ਚ ਨਹੀਂ ਰੱਖ ਸਕਦੇ ਆਪਣੇ ਪਰਮੇਸ਼ਵਰ ਦੇ ਬਿਨਾ ਅਸੀਂ ਹੋਰਾਂ ਥਾਵਾਂ ਤੇ ਨਹੀਂ ਜਾ ਸਕਦੇ ਅਰ ਸਾਨੂੰ ਇੱਕ ਚੰਗਾ ਜੀਵਨ ਜੀਣਾ ਪਏਗਾ ਸਾਨੂੰ ਸੱਚ ਦਾ ਰਾਹ ਚੁਣਨਾ ਪਏਗਾ ਸਾਨੂੰ ਸੱਚ ਬੋਲਣਾ ਪਏਗਾ ਸਾਨੂੰ ਜਿੱਥੇ ਵੀ ਅਸੀਂ ਕੰਮ ਕਰੀਏ ਸਾਨੂੰ ਵਫਾਦਾਰ ਰਹਿਣਾ ਹੋਵੇਗਾ ਤੇ ਲੋਕਾਂ ਨੇ ਕੀ ਕੀਤਾ ਉਹਨਾਂ ਨੂੰ ਲੱਗਾ ਕਿ ਚੰਗਿਆਈ ਦੇ ਨਾਲੋਂ ਬੁਰਾਈ ਜ਼ਿਆਦਾ ਵਧੀਆ ਹੈ ਤੇ ਉਹਨਾਂ ਨੇ ਚੰਗਿਆਈ ਨੂੰ ਛੱਡ ਕੇ ਬੁਰਾਈ ਦੇ ਨਾਲ ਪ੍ਰੇਮ ਕੀਤਾ ਕਿਉਂਕਿ ਉਹਨਾਂ ਨੂੰ ਬੁਰੇ ਕੰਮ ਜ਼ਿਆਦਾ ਚੰਗੇ ਲੱਗੇ ਆਪਣੇ ਹੀ ਕੰਮਾਂ ਦੀ ਚੋਣ ਦੇ ਨਾਲ ਉਹ ਦੋਸ਼ੀ ਠਹਿਰ ਗਏ ਉਹਨਾਂ ਦੇ ਕੋਲ ਕੋਈ ਐਕਸਕਿਊਜ਼ ਨਹੀਂ ਆ ਪਰਮੇਸ਼ਰ ਨੇ ਹਰ ਕਿਸੇ ਦੇ ਉੱਤੇ ਪ੍ਰਗਟ ਕਰ ਦਿੱਤਾ ਆ ਇਹਨਾਂ ਦਿਨਾਂ ਦੇ ਵਿੱਚ ਕਿ ਸੱਚ ਕੀ ਆ ਤੇ ਝੂਠ ਕੀ ਆ ਪਰਮੇਸ਼ਰ ਨੇ ਇਹਨਾਂ ਦਿਨਾਂ ਤੱਕ ਇਹਨਾਂ ਦਿਨਾਂ ਦੇ ਵਿੱਚ ਪ੍ਰਗਟ ਕਰ ਦਿੱਤਾ ਆ ਸਚਾਈ ਦਾ ਰਸਤਾ ਕੀ ਆ ਅਰ ਲੋਕ ਜਾਣ ਵੀ ਚੁੱਕੇ ਆ ਪਰ ਉਹ ਇਸ ਲਈ ਨਹੀਂ ਮੋੜਨਾ ਚਾਹੁੰਦੇ ਕਿਉਂਕਿ ਉਹ ਆਪਣੀ ਬੁਰੀਆਈ ਦੇ ਨਾਲ ਜ਼ਿਆਦਾ ਪ੍ਰੇਮ ਕਰਦੇ ਆ ਉਹ ਘਿਣਾਉਣੇ ਕੰਮਾਂ ਦੇ ਨਾਲ ਜ਼ਿਆਦਾ ਪ੍ਰੇਮ ਕਰਦੇ ਆ ਉਹਨਾਂ ਦਾ ਪਾਪ ਦੇ ਨਾਲ ਜ਼ਿਆਦਾ ਪ੍ਰੇਮ ਉਹ ਪਾਪ ਛੱਡਣ ਦੇ ਲਈ ਨਹੀਂ ਤਿਆਰ ਇਸ ਲਈ ਉਹ ਸਚਾਈ ਨੂੰ ਅਤੇ ਚਾਨਣ ਨੂੰ ਆਪਣੇ ਜੀਵਨ ਵਿੱਚ ਲੈਣਾ ਨਹੀਂ ਚਾਹੁੰਦੇ ਪਰ ਸ਼ੁਕਰ ਕਰੋ ਪਰਮੇਸ਼ਵਰ ਦਾ ਕਿ ਪਰਮੇਸ਼ਵਰ ਨੇ ਤੁਹਾਨੂੰ ਉਹਨਾਂ ਰस्सੀਆਂ ਚੋਂ ਆਜ਼ਾਦ ਕਰ ਲਿਆ ਜਿਨ੍ਹਾਂ ਰस्सੀਆਂ ਦੇ ਵਿੱਚ ਗੈਰੀ ਨੇ ਤੁਹਾਨੂੰ ਬੰਨਿਆ ਸੀ ਅਰ ਤੁਸੀਂ ਉਸ ਗਲਤ ਮਾਰਗ ਨੂੰ ਛੱਡਿਆ ਉਸ ਬੁਰਾਈ ਨੂੰ ਛੱਡਿਆ ਉਸ ਹਨੇਰੇ ਵਿੱਚੋਂ ਨਿਕਲੇ ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਕੱਢਿਆ ਅਰ ਤੁਸੀਂ ਚਾਨਣ ਦਾ ਪੱਲਾ ਫੜ ਲਿਆ ਅਰ ਤੁਸੀਂ ਨੇਚਾ ਕਰ ਲਈ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ ਹਾਲੇਲੂਇਆ ਇਸ ਗੱਲ ਦੇ ਲਈ ਵੀ ਸਾਨੂੰ ਕ੍ਰੈਡਿਟ ਨਹੀਂ ਮਿਲਦਾ ਆਪਾਂ ਨੂੰ ਕੋਈ ਸ਼ਾਬਾਸ਼ੀ ਨਹੀਂ ਆ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ ਸੀ ਯਿਸੂ ਮਸੀਹ ਨੂੰ ਚੁਣ ਲਿਆ ਕੋਈ ਕ੍ਰੈਡਿਟ ਨਹੀਂ ਹੈਗਾ ਕੋਈ ਸ਼ਾਬਾਸ਼ੀ ਨਹੀਂ ਹੈਗੀ ਕਿਉਂਕਿ वचन ਦੇ ਵਿੱਚ ਲਿਖਿਆ ਤੁਸੀਂ ਆਪਣੇ ਗੁਨਾਹਾਂ ਦਾ ਕਰਕੇ ਨਹੀਂ ਬਚਾਏਗੇ ਨਾ ਆਪਣੇ ਧਨ ਦਾ ਕਰਕੇ ਬਚਾਏ ਗਏ ਨਾ ਆਪਣੀ ਅਕਲ ਦੇ ਵੱਧ ਹੋਣ ਦਾ ਕਰਕੇ ਬਚਾਏ ਗਏ ਪਰ ਕਹਿੰਦਾ ਕਿਰਪਾ ਦੇ ਨਾਲ ਬਚਾਏ ਗਏ ਉਹ ਕਿਰਪਾ ਜਿਹੜੀ ਪਰਮੇਸ਼ਵਰ ਨੇ ਸਾਡੇ ਉੱਤੇ ਆਪਣੇ ਪੁੱਤਰ ਦੇ ਰਾਹੀਂ ਕੀਤੀ वचन ਚੇ ਵੀ ਲਿਖਿਆ ਅਸੀਂ ਉਹਨੂੰ ਨਹੀਂ ਚੁਣਿਆ ਪਰ ਪਰਮੇਸ਼ਵਰ ਨੇ ਸਾਨੂੰ ਚੁਣਿਆ ਤੇ ਸਾਰੀ ਸ਼ਾਬਾਸ਼ਹੀ ਕਹਦੀ ਆ ਪਰਮੇਸ਼ਵਰ ਦੀਆ ਕਿਉਂਕਿ ਉਹਨੇ ਆਪਣੀ ਦਇਆ ਕੀਤੀ ਆ ਸਾਡੇ ਉੱਤੇ ਉਹਨੂੰ ਸਾਡੇ ਉੱਤੇ ਤਰਸ ਆਇਆ ਕਿ ਕਿੱਥੇ ਹਨੇਰੇ ਦੇ ਲੋਕਾਂ ਦੇ ਵਿੱਚ ਤੁਰੇ ਫਿਰਦੇ ਆ ਇਹ ਕਿੱਥੇ ਪਾੜ ਖਾਣਿਆਂ ਦੇ ਵਿੱਚ ਤੁਰੇ ਫਿਰਦੇ ਆ ਇਹ ਕਿੱਥੇ ਫਰੇਬੀ ਲੋਕਾਂ ਦੇ ਵਿੱਚ ਤੁਰੇ ਫਿਰਦੇ ਆ ਉਹਨੂੰ ਤਰਸ ਆਇਆ ਕਿ ਇਹ ਅੱਕ ਚੁੱਕੇ ਆ ਥੱਕ ਚੁੱਕੇ ਆ ਹੁਣ ਮੈਂ ਇਹਨਾਂ ਨੂੰ ਵੱਖਰੇ ਕਰਾਂਗਾ ਅਤੇ ਇਹਨਾਂ ਨੂੰ ਆਰਾਮ ਦੇਵਾਂਗਾ ਹਾਲੇਲੂਇਆ ਤਾਂ ਇਸ ਚੀਜ਼ ਲਈ ਸਾਨੂੰ ਪਰਮੇਸ਼ਵਰ ਦੀ ਸ਼ੁਕਰਗੁਜ਼ਾਰੀ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਤਾਂ ਸਾਨੂੰ ਹਰ ਵੇਲੇ ਸ਼ੁਕਰਗੁਜ਼ਾਰੀ ਵਿੱਚ ਰਹਿਣਾ ਚਾਹੀਦਾ ਕਿ ਪ੍ਰਭੂ ਤੁਸੀਂ ਸਾਡੇ ਨਾਲ ਪ੍ਰੇਮ ਕੀਤਾ ਔਰ ਸਾਨੂੰ ਹਨੇਰੇ ਚੋਂ ਬਾਹਰ ਕੱਢਿਆ ਔਰ ਪ੍ਰਭੂ ਤੁਸੀਂ ਐਸੇ ਲਈ ਤਾਂ ਸਾਨੂੰ ਵੱਖਰੇ ਕੀਤਾ ਤਾਂ ਜੋ ਸਾਨੂੰ ਆਰਾਮ ਪ੍ਰਾਪਤ ਹੋਏ ਵਚਨ ਦੇ ਵਿੱਚ ਲਿਖਿਆ ਹੈ हे ਥੱਕੇ ਮਨ ਦੇ ਤੇ ਬੋਝ ਹੇਠਾਂ ਦੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਤੁਸੀਂ ਤਾਂ ਹੁਣ ਆਗੇ ਪਰਮੇਸ਼ਵਰ ਦੇ ਕੋਲ ਪਰ ਤੁਸੀਂ ਮੁੱਲ ਗਏ ਪਰਮੇਸ਼ਵਰ ਦੇ ਪ੍ਰੋਮਿਸ ਨੂੰ ਕਿ ਪਰਮੇਸ਼ਵਰ ਨੇ ਕੀ ਪ੍ਰੋਮਿਸ ਕੀਤਾ ਇਸ ਲਈ ਤੁਸੀਂ ਨਿਰਾਸ਼ ਬੈਠੇ ਆ ਤੇ ਤੁਹਾਡੀ ਨਿਰਾਸ਼ਾ ਹੀ ਤੁਹਾਡੀ ਬਰਕਤ ਦੇ ਵਿੱਚ ਰੁਕਾਵਟ ਆ ਨਿਰਾਸ਼ਾ ਨੂੰ ਛੱਡੋ ਅਰ ਨੇਚਾ ਨੂੰ ਲੈ ਲਵੋ ਆਪਣੀ ਆਸ ਨੂੰ ਤਕੜਿਆ ਕਰੋ ਕਿਉਂਕਿ ਸਾਡਾ ਪਰਮੇਸ਼ਵਰ ਆਸਾ ਦਾ ਪਰਮੇਸ਼ਵਰ ਹੈ ਹਾਲੇਲੂਇਆ ਜਦੋਂ ਉਹਨੇ ਤੁਹਾਨੂੰ ਸੱਦ ਲਿਆ ਅਰ ਤੁਸੀਂ ਸੱਦੇ ਨੂੰ ਸਵੀਕਾਰ ਕੀਤਾ ਤੁਸੀਂ ਉਹਦੇ ਕੋਲ ਆ ਗਏ ਤਾਂ ਇਹਦਾ ਮਤਲਬ ਤੁਹਾਡਾ ਆਰਾਮ ਪੱਕਾ ਹੈ ਤੁਹਾਡੀ ਟੈਸਟੀਮਨੀ ਪੱਕੀ ਹੈ ਤੁਹਾਡੀ ਸ਼ਿਫਾ ਪੱਕੀ ਹੈ ਤੁਹਾਡਾ छुटਕਾਰਾ ਪੱਕਾ ਹੈ ਤੁਹਾਡੀ ਮੁਕਤੀ ਪੱਕੀ ਹੈ ਉਨਾ ਦੇ ਲਈ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਪਰਮੇਸ਼ਵਰ ਨੇ ਸਾਨੂੰ ਸੱਦਿਆ ਸੀ ਔਰ ਅਸੀਂ ਆ ਗਏ ਆ ਇਸੇ ਲਈ ਸਾਨੂੰ ਸੱਦਿਆ ਪਰਮੇਸ਼ਵਰ ਨੇ ਕਿ ਸਾਡੇ ਹਾਲਾਤ ਬਦਲ ਜਾਣ ਸਾਡੀਆਂ ਸੋਚਾਂ ਬਦਲ ਜਾਣ ਸਾਡਾ ਜੀਵਨ ਬਦਲ ਜਾਏ ਔਰ ਸਾਡੇ ਸਾਰੀਆਂ ਸਿਚੁਏਸ਼ਨਸ ਚੇਂਜ ਹੋ ਜਾਣ ਔਰ ਹੁਣ ਤੋਂ ਤੁਸੀਂ ਕਲੇਮ ਕਰਨਾ ਸ਼ੁਰੂ ਕਰੋ ਕਿ ਪ੍ਰਭੂ ਉਹ ਸਮਾਂ ਆ ਚੁੱਕਿਆ ਜਿਹੜਾ ਸਾਡੇ ਆਰਾਮ ਦਾ ਆ ਪ੍ਰਭੂ ਤੁਸੀਂ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਆਰਾਮ ਬਖਸ਼ੋ ਉਹ ਆਰਾਮ ਜਿਹੜਾ ਸਾਡੀ ਆਤਮਾ ਨੂੰ ਸਕੂਨ ਦੇਵੇ ਬਹੁਤ ਵਾਰੀ ਅਸੀਂ ਆਰਾਮ ਕਿਹੜੀ ਚੀਜ਼ ਨੂੰ ਸਮਝਦੇ ਹਾਂ ਅਸੀਂ ਪੋਲੇ ਗੱਦਿਆਂ ਨੂੰ ਆਰਾਮ ਸਮਝਦੇ ਹਾਂ ਕਿ ਬੈਠਣ ਲਈ ਪੋਲੇ ਗੱਦੇ ਹੋਣ ਸੌਣ ਦੇ ਲਈ ਪੋਲੇ ਗੱਦੇ ਹੋਣ ਬੈਂਕਸ ਦੇ ਵਿੱਚ ਅੱਛਾ ਧਨ ਪਿਆ ਹੋਏ ਤਾਂ ਆਰਾਮ ਆ ਕਿੰਨੇ ਲੋਕ ਆ ਜੱਟਨਾ ਦੇ ਕੋਲ ਬਹੁਤ ਸਾਰਾ ਧਨ ਦੌਲਤ ਆ ਪਰ ਕਿਸੇ ਨੂੰ ਕੈਂਸਰ ਆ ਕਿਸੇ ਨੂੰ ਡਾਇਬਟੀਜ਼ ਦੀ ਪ੍ਰੋਬਲਮ ਆ ਉਹਨਾਂ ਦੇ ਕੋਲ ਖਾਣ ਦੇ ਲਈ ਪਦਾਰਥ ਤੇ ਹੈ ਪਰ ਉਹਨਾਂ ਦੇ ਕੋਲ ਸੇਤ ਨਹੀਂ ਆ ਕਿ ਉਹਨਾਂ ਪਦਾਰਥਾਂ ਨੂੰ ਪਚਾ ਸਕਣ ਉਹਨਾਂ ਪਦਾਰਥਾਂ ਦਾ ਆਨੰਦ ਲੈ ਸਕਣ ਕਈਆਂ ਦੇ ਗਲੇ ਦੇ ਵਿੱਚ ਕੈਂਸਰ ਆ ਉਹ ਲੰਗਰ ਲਾਉਂਦੇ ਆ ਕਿ ਲੋਕੀਂ ਖਾਣ ਪਰ ਉਹ ਆਪ ਇੱਕ ਬੁਰਕੀ ਵੀ ਆਪਣੇ ਅੰਦਰ ਨਹੀਂ ਨੰਗਾ ਸਕਦੇ ਤਾਂ ਤੁਸੀਂ ਸ਼ੁਕਰ ਕਰੋ ਪਰਮੇਸ਼ਵਰ ਦਾ ਕਿ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਔਰ ਤੁਹਾਨੂੰ ਖਾਣ ਨੂੰ ਵੀ ਦਿੱਤਾ ਔਰ ਪਚਾਉਣ ਜੋਗੇ ਵੀ ਬਣਾਇਆ ਹallelujah ਇਹ ਹੀ ਪਰਮੇਸ਼ਵਰ ਦੀ ਬਹੁਤ ਵੱਡੀ ਕਿਰਪਾ ਆਰ ਵਚਨ ਦੇ ਵਿੱਚ ਲਿਖਿਆ ਮੇਰਾ ਫਜ਼ਲ ਹੀ ਤੇਰੇ ਲਈ ਕਾਫੀ ਹੈ ਹallelujah ਕਹਿੰਦਾ ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿਤੇ ਇਉਂ ਨਾ ਹੋਵੇ ਜੋ ਉਹਦੇ ਕੰਮ ਜ਼ਾਰ ਹੋ ਜਾਣ ਹਰੇਕ ਬੰਦਾ ਕਹਿੰਦਾ ਜਿਹੜੇ ਮੰਦੇ ਕੰਮ ਕਰਦਾ ਹੈ ਉਹ ਚਾਨਣ ਕੋਲ ਨਹੀਂ ਆਉਂਦਾ ਉਹਦੇ ਅੰਦਰ ਕੀ ਡਾਰਿਆ ਕਿ ਜੇ ਮੈਂ ਚਾਨਣ ਦੇ ਵਿੱਚ ਗਿਆ ਤਾਂ ਮੇਰੇ ਕੰਮ ਜ਼ਾਰ ਹੋ ਜਾਣੇ ਆ ਉਹਦੇ ਪਾਪ ਉਹਨੂੰ ਚਾਨਣ ਦੇ ਵਿੱਚ ਨਹੀਂ ਆਉਣ ਦਿੰਦੇ ਉਹਦੇ ਪਾਪ ਉਹਨੂੰ ਧਾਰਮਿਕਤਾ ਦੇ ਵਿੱਚ ਨਹੀਂ ਆਉਣ ਦਿੰਦੇ ਜਿੱਦਾਂ ਫਰਜ਼ ਰੱਖ ਲੋ ਕਿ ਇੱਕ ਪਾਰਟੀ ਚੱਲਦੀ ਹੋਏ ਪਰ ਉੱਥੇ ਸਾਰਾ ਕੁਝ ਹਨੇਰੇ ਦੇ ਵਿੱਚ ਹੋਏ ਫਿਰ ਉੱਥੇ ਲੋਕੀ ਕਿੱਦਾਂ ਦੇ ਕੱਪੜੇ ਪਾ ਕੇ ਜਾਣਗੇ ਜਿੱਦਾਂ ਦੇ ਮਰਜ਼ੀ ਕਹਣਾ ਕਿਹੜਾ ਕਿਸੇ ਨੇ ਦੇਖਣਾ ਹੈ ਪਰ ਇੱਕ ਪਾਰਟੀ ਹੋਏ ਜਿੱਥੇ ਚਾਨਣ ਹੀ ਚਾਨਣ ਹੋਏ ਤਾਂ ਉੱਥੇ ਲੋਕੀ ਕਿੱਦਾਂ ਤਿਆਰ ਹੋ ਕੇ ਜਾਣਗੇ ਬਹੁਤ ਸੋਹਣੇ ਕੱਪੜੇ ਪਾ ਕੇ ਜਾਣੇ ਕਹਣਾ ਸਾਰਿਆਂ ਨੇ ਦੇਖਣਾ ਹੈ ਇਦਾਂ ਹੀ ਹੁੰਦਾ ਆ ਇਸੇ ਤਰ੍ਹਾਂ ਜਿਹੜੇ ਲੋਕ ਪਾਪ ਕਰਦੇ ਆ ਅਰ ਪਾਪ ਦੇ ਵਿੱਚ ਜੀਉਂਦੇ ਆ ਉਹ ਚਾਨਣ ਵਿੱਚ ਆਉਣਾ ਇਸ ਲਈ ਪਸੰਦ ਨਹੀਂ ਕਰਦੇ ਕਿਉਂਕਿ ਉਹ ਡਰਦੇ ਆ ਕਿਤੇ ਉਹਨਾਂ ਦੇ ਬੁਰੇ ਕੰਮ ਜਿਹੜੇ ਆ ਝਾਰ ਨਾ ਹੋ ਜਾਣ ਉਹਨਾਂ ਨੂੰ ਲੱਗਦਾ ਆ ਕਿਤੇ ਪਰਮੇਸ਼ਵਰ ਦਾ ਆਤਮਾ ਉੱਥੇ ਸਾਡੇ ਕੰਮ ਪ੍ਰਗਟ ਕਰਨੇ ਨਾ ਸ਼ੁਰੂ ਕਰ ਦੇਵੇ ਦੂਜਿਆਂ ਤੇ ਅਸੀਂ ਕਿਤੇ ਫੜੇ ਨਾ ਜਾਈਏ ਇਸ ਲਈ ਉਹ ਹਨੇਰੇ ਦੇ ਵਿੱਚ ਹੀ ਰਹਿੰਦੇ ਆ ਪਰ ਮੈਂ ਉਹਨਾਂ ਨੂੰ ਪਰਮੇਸ਼ਵਰ ਦੀ ਦਾਸੀ ਹੋਣ ਦੇ ਨਾਤੇ ਇੱਕ ਸੱਦਾ ਦਿੰਦੀ ਆ ਔਰ ਉਹਨਾਂ ਨੂੰ ਦੱਸਣਾ ਵੀ ਚਾਹੁੰਦੀ ਆ ਕਿ ਤੁਸੀਂ ਪਰਮੇਸ਼ਵਰ ਦੇ ਨੇੜੇ ਆਓ ਪਰਮੇਸ਼ਵਰ ਨੇ ਸਾਡੇ ਗੁਨਾਹ ਢਕੇ ਹੋਏ ਆ ਆਪਣੀ ਪਿੱਠ ਦੇ ਪਿੱਛੇ ਛੁੱਟੇ ਆ ਸਗੋਂ ਇੰਨੀ ਦੂਰ ਕੀਤੇ ਜਿੰਨਾ ਅਸਮਾਨ ਧਰਤੀ ਤੋਂ ਦੂਰ ਆ ਹallelujah ਤੁਸੀਂ ਜਦੋਂ ਵੀ ਇੱਥੇ ਆਏ ਸੀਗੇ ਤੁਹਾਡੇ ਗੁਨਾਹ ਕਿਸੇ ਨੇ ਪੁੱਛੇ ਸੀ ਕਿਹੜਾ ਕਿਹੜਾ ਗੁਨਾਹ ਕੀਤਾ ਤੁਸੀਂ ਆਣ ਕੇ ਕਿਆ ਪ੍ਰਭੂ ਅਸੀਂ ਪਾਪੀ ਤੇ ਗੁਨਾਹਗਾਰ ਆਂ ਸਾਡੇ ਗੁਨਾਹ ਬਖਸ਼ ਦਿਓ ਅਰ ਪ੍ਰਭੂ ਨੇ ਤੁਹਾਡੇ ਗੁਨਾਹ ਬਖਸ਼ ਦਿੱਤੇ ਤੁਹਾਡੇ ਮਨ ਦੇ ਅਨੁਸਾਰ ਇਸੇ ਤਰ੍ਹਾਂ ਅਗਰ ਕੋਈ ਵਿਭਚਾਰੀ ਵੀ ਹੋਏ ਅਗਰ ਕੋਈ ਚੋਰ ਹੋਏ ਹਰਾਮਖੋਰ ਹੋਏ ਗੁੰਡਾ ਹੋਏ ਚਾਹੇ ਨਸ਼ੇਬਾਜ਼ ਹੋਏ ਚਾਹੇ ਕਿਦਾਂ ਦਾ ਵੀ ਭੱਦਾ ਜੀਵਨ ਕਿਉਂ ਨਾ ਹੋਏ ਪਰ ਅਗਰ ਉਹ ਆਪਣਾ ਬੁਰਾਈ ਵਾਲਾ ਜੀਵਨ ਲੈ ਕੇ ਆ ਜਾਏ ਔਰ ਪਰਮੇਸ਼ਰ ਨੂੰ ਕਹੇ ਕਿ ਪ੍ਰਭੂ ਮੇਰਾ ਜੀਵਨ ਬਦਲ ਦਿਓ ਤਾਂ ਪ੍ਰਭੂ ਜ਼ਰੂਰ ਉਹਦੇ ਜੀਵਨ ਨੂੰ ਬਦਲ ਦੇਣਗੇ ਆਪਣੇ ਪੁੱਤਰ ਦੇ ਨਾਮ ਦੇ ਸਦਕਾ ਹallelujah ਇਸ ਲਈ ਅਗਰ ਕਿਸੇ ਮਨੁੱਖ ਦੀ ਲਾਈਫ ਦੇ ਵਿੱਚ ਪਾਪ ਆ ਉਹ ਇਸ ਕਰਕੇ ਪਿੱਛੇ ਨਾ ਰਹੇ ਕਿ ਪਤਾ ਨਹੀਂ ਪਰਮੇਸ਼ਵਰ ਮੈਨੂੰ ਸਵੀਕਾਰ ਕਰੂਗੇ ਕਿ ਨਹੀਂ ਅਗਰ ਤੁਸੀਂ ਪਾਪ ਨੂੰ ਛੱਡਣਾ ਚਾਹੁੰਦੇ ਆਂ ਔਰ ਪਰਮੇਸ਼ਵਰ ਦੇ ਨੇੜੇ ਆਉਨੇ ਆਂ ਪਰਮੇਸ਼ਵਰ ਜ਼ਰੂਰ ਤੁਹਾਨੂੰ ਸਵੀਕਾਰ ਕਰਨਗੇ ਹallelujah ਕਹਿੰਦਾ ਪਰ ਜਿਹੜਾ ਸਤ ਕਰਦਾ ਹੈ ਉਹ ਚਾਨਣ ਕੋਲ ਆਉਂਦਾ ਹੈ ਇਸ ਲਈ ਜੋ ਉਹਦੇ ਕੰਮ ਪ੍ਰਗਟ ਹੋਣ ਭਈ ਉਹ ਪਰਮੇਸ਼ਵਰ ਵਿੱਚ ਕੀਤੇ ਹੋਏ ਹਨ ਪਰ ਕਹਿੰਦਾ ਜਿਹੜਾ ਸੱਚ ਦੇ ਕੰਮ ਕਰਦਾ ਆ ਉਹ ਚਾਨਣ ਦੇ ਕੋਲ ਆ ਜਾਂਦਾ ਆ ਉਹ ਪਰਮੇਸ਼ਵਰ ਦੇ ਕੋਲ ਆ ਜਾਂਦਾ ਆ ਉਹ ਤੇ ਕਹਿੰਦਾ ਮੇਰੇ ਕੰਮ ਪ੍ਰਗਟ ਹੋਣ ਫਰਜ ਰੱਖ ਲੋ ਬਈ ਇੱਕ ਨਬੀ ਕੋਈ ਇੱਕ ਨਬੀ ਹੋਏ ਜਿਹੜਾ ਸੱਚੀ ਪਰਮੇਸ਼ਵਰ ਦਾ ਨਬੀ ਹੋਏ ਜਿਹਦੇ ਉੱਤੇ ਸਭ ਭੇਤ ਪ੍ਰਗਟ ਹੁੰਦੇ ਹੋਣ ਅਰ ਉਹਦੇ ਕੋਲੇ ਜਿਹੜਾ ਆ ਆਤਮਿਆਂ ਨੂੰ ਪਹਿਚਾਨਣ ਦੀ ਗਿਫਟ ਹੋਏ ਸਾਰੇ ਲੋਕਾਂ ਨੇ ਉਹਦੇ ਕੋਲ ਜਾਣਾ ਨਹੀਂ ਭਾਵੇਂ ਉਹ ਚਰਚ ਨੂੰ ਆਉਂਦੇ ਹੋਣ ਪਤਾ ਕਿਉਂ ਕਾਕੇ ਉਹਨਾਂ ਨੂੰ ਪਤਾ ਲੱਗ ਜਾਣਾ ਜੇ ਅਸੀਂ ਇਹਦੇ ਕੋਲ ਗਏ ਇਹਨੂੰ ਪਤਾ ਲੱਗ ਜਾਣਾ ਵੀ ਮੈਂ ਚੋਰੀਆਂ ਕਰਦਾ ਆ ਇਹਨੂੰ ਪਤਾ ਲੱਗ ਜਾਣਾ ਵੀ ਮੈਂ ਗਲਤ ਕੰਮ ਕਰਦਾ ਮੈਂ ਪਾਪ ਦੇ ਵਿੱਚ ਆ ਪਰ ਜੇ ਕੋਈ ਬੰਦਾ ਪਰਮੇਸ਼ਵਰ ਦੇ ਨਾਲ ਸਹੀ ਜੀਵਨ ਜੀਂਦਾ ਹੋਏ ਪਰਮੇਸ਼ਵਰ ਦੇ ਨਾਲ ਪ੍ਰੇਮ ਰੱਖਦਾ ਹੋਏ ਉਹ ਭੱਜ ਕੇ ਉਸ ਨਬੀ ਦੇ ਕੋਲ ਆਊਗਾ ਕਿ ਨਹੀਂ ਆਊਗਾ ਉਹਨੇ ਕਹਿਣਾ ਇਹਨੂੰ ਪਤਾ ਲੱਗ ਜੂਵੇ ਮੈਂ ਪਰਮੇਸ਼ਵਰ ਦਾ ਬੱਚਾ ਆ ਇਹ ਸਗੋਂ ਬਾਕੀਆਂ ਨੂੰ ਬੋਲ ਕੇ ਦੱਸੂਗਾ ਵੀ ਇਹ ਪਰਮੇਸ਼ਵਰ ਨਾਲ ਬਹੁਤ ਪਿਆਰ ਕਰਦਾ ਹੈ ਹallelujah ਇਸ ਲਈ ਬਹੁਤ ਵੈਰੀ ਆਪਾਂ ਡਰਦੇ ਰਹਿੰਨੇ ਆ ਪਰ ਹੁਣ ਆਪਾਂ ਡਰਨਾ ਨਹੀਂ ਆ ਆਪਾਂ ਨੇਚਾ ਕਰਨੀ ਆ ਕਿ ਕੋਈ ਹੈ ਜਿਸ ਦਾ ਨਾਮ ਪ੍ਰਭੂ ਯੀਸੂ ਮਸੀਹ ਹੈ ਜਿਹੜਾ ਸਾਡੇ ਗੁਨਾਹਾਂ ਦੇ ਲਈ ਬਲੀਦਾਨ ਹੋਇਆ ਸਾਨੂੰ छुटਕਾਰਾ ਦੇਣ ਦੇ ਲਈ ਪਰ ਇਹਦਾ ਮਤਲਬ ਬਿਲਕੁਲ ਵੀ ਇਹ ਨਹੀਂ ਆ ਕਿ ਡਰਨਾ ਨਹੀਂ ਆ ਤਾਂ ਮਤਲਬ ਪਾਪ ਕਰੀ ਚੱਲੋ ਤੇ ਪਾਪ ਬਖਸ਼ਾਈ ਚੱਲੋ ਮਾਫੀ ਬਾਰ-ਬਾਰ ਨਹੀਂ ਆ ਇੱਕ ਵਾਰੀ ਜੋ ਕੁਝ ਕਰ ਲਿਆ ਹੋ ਗਿਆ ਉਹ ਛੱਡ ਕੇ ਪਰਮੇਸ਼ਵਰ ਦੇ ਕੋਲ ਆਜੋ ਇੱਕ ਨਵਾਂ ਜੀਵਨ ਜੀਣਾ ਸ਼ੁਰੂ ਕਰੋ ਤਾਂ ਜੋ ਪਿਛਲਾ ਹਿਸਾਬ ਕਿਤਾਬਾ ਉਹਦੇ ਉੱਤੇ ਜਿਹੜਾ ਆ ਉਹ ਕ੍ਰਾਸ ਕਰ ਦਿੱਤਾ ਜਾਏਗਾ ਕੱਟ ਦਿੱਤਾ ਜਾਏਗਾ ਉਹ ਲੇਖੇ ਵਾਲਾ ਪੇਪਰ ਫਾੜ ਦਿੱਤਾ ਜਾਏਗਾ ਕਿਉਂਕਿ ਵਚਨ ਚ ਲਿਖਿਆ ਤਨ ਹੈ ਉਹ ਮਨੁੱਖ ਜਿਹਦੇ ਗੁਨਾਹ ਯਹੋਵਾ ਉਹਦੇ ਲੇਖੇ ਨਹੀਂ ਗਿਣਦਾ ਹallelujah ਜਿੰਦਾ ਧਾਨਿਆ ਉਹ ਜਿਹਦੇ ਗੁਨਾਹ ਬਖਸ਼ੇ ਗਏ ਹallelujah ਇਸ ਲਈ ਆਪਣੇ ਗੁਨਾਹਾਂ ਨੂੰ ਅੱਜ ਪਰਮੇਸ਼ਵਰ ਦੇ ਅੱਗੇ ਰੱਖ ਦਿਓ ਹਰ ਬੰਦਾ ਪਾਪੀ ਤੇ ਗੁਨਾਹਗਾਰ ਆ ਚਾਹੇ ਥੋੜਾ ਜਿਹਾ ਆਇਆ ਚਾਹੇ ਬਹੁਤ ਆਇਆ ਚਾਹੇ ਅਸੀਂ ਸੋਚਾਂ ਦੇ ਰਾਹੀਂ ਪਾਪ ਕਰਦੇ ਹਾਂ ਚਾਹੇ ਅਸੀਂ ਕੰਮਾਂ ਦੇ ਰਾਹੀਂ ਪਾਪ ਕਰਦੇ ਹਾਂ ਕਈ ਵਾਰੀ ਅਸੀਂ ਆਪਣੀਆਂ ਅੱਖਾਂ ਦੇ ਰਾਹੀਂ ਪਾਪ ਕਰਦੇ ਕਈ ਤਰ੍ਹਾਂ ਦੇ ਪਾਪ ਆਪਾਂ ਕਰਦੇ ਹਾਂ ਪਰ ਅੱਜ ਆਪਣੇ ਹਰੇਕ ਪਾਪ ਨੂੰ ਗੁਨਾਹ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਦਿਓ ਕਿ ਪ੍ਰਭੂ ਜੀ ਮੈਂ ਤੁਹਾਡੇ ਅੱਗੇ ਇਹ ਰੱਖਦਾ ਹਾਂ ਹੁਣ ਮੈਂ ਹੋਰ ਇਹਨਾਂ ਨੂੰ ਆਪਣੇ ਜੀਵਨ ਵਿੱਚ ਨਹੀਂ ਲੈਣਾ ਚਾਹੁੰਦਾ ਮੈਂ ਇਹਨਾਂ ਨੂੰ ਛੱਡਣਾ ਚਾਹੁੰਦਾ ਹਾਂ ਅਗਰ ਤੁਸੀਂ ਕਿਸੇ ਬੁਰੀ ਆਦਤ ਦੇ ਗੁਲਾਮ ਬਣ ਚੁੱਕੇ ਹਾਂ ਤੁਹਾਨੂੰ ਲੱਗਦਾ ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ ਪਰ ਮੇਰ ਤੋਂ ਛੁੱਟਦਾ ਨਹੀਂ ਹੈ ਅਗਰ ਤੁਸੀਂ ਕੋਸ਼ਿਸ਼ ਕਰ ਰਹੇ ਹੋ ਸੱਚੀ ਤੁਸੀਂ ਛੱਡਣਾ ਚਾਹੁੰਦੇ ਆ ਪਰ ਤੁਹਾਡੇ ਤੋਂ ਨਹੀਂ ਛੁੱਟ ਰਿਹਾ ਕੋਈ ਹੋਰ ਬੁਰੀ ਆਦਤ ਹੈ ਜੇ ਤੋ ਤੁਸੀਂ ਆਜ਼ਾਦ ਤਾਂ ਹੋਣਾ ਚਾਹੁੰਦੇ ਆ ਪਰ ਅਜੇ ਤੱਕ ਆਜ਼ਾਦ ਨਹੀਂ ਹੋ पाए ਅੱਜ ਆਪਣੀਆਂ ਉਹਨਾਂ ਬੁਰੀਆਂ ਆਦਤਾਂ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਦਿਓ ਔਰ ਪ੍ਰਾਰਥਨਾ ਕਰੋ ਕਿ ਪ੍ਰਭੂ ਮੈਨੂੰ ਤੁਹਾਡੇ ਬਲ ਦੀ ਜ਼ਰੂਰਤ ਹੈ ਪ੍ਰਭੂ ਮੈਨੂੰ ਤੁਹਾਡੇ ਆਤਮਾ ਦੀ ਮਦਦ ਚਾਹੀਦੀ ਆ ਪ੍ਰਭੂ ਤੁਸੀਂ ਮੇਰੀ ਮਦਦ ਕਰੋ ਮੈਂ ਇਸ ਚੀਜ਼ ਨੂੰ ਛੱਡਣਾ ਚਾਹੁੰਦਾ ਆ ਮੈਂ ਇਸ ਚੀਜ਼ ਤੋਂ ਆਜ਼ਾਦ ਹੋਣਾ ਚਾਹੁੰਦਾ ਕਿਉਂਕਿ ਪ੍ਰਭੂ ਇਹ ਤੁਹਾਨੂੰ ਪਸੰਦ ਨਹੀਂ ਆ ਇਸ ਲਈ ਹੁਣ ਇਹ ਮੇਰੀ ਵੀ ਪਸੰਦ ਨਹੀਂ ਆ ਔਰ ਜ਼ਰੂਰ ਪਰਮੇਸ਼ਵਰ ਤੁਹਾਡੀ ਮਦਦ ਕਰਨਗੇ ਚਾਹੇ ਉਹ ਕਿੰਨੀ ਵੀ ਬੁਰੀ ਆਦਤ ਕਿਉਂ ਨਾ ਹੋਏ ਤੁਸੀਂ ਉਸ ਆਦਤ ਤੋਂ ਆਜ਼ਾਦ ਹੋ ਜਾਓਗੇ ਔਰ ਤੁਸੀਂ ਦੂਜਿਆਂ ਦੇ ਲਈ ਇੱਕ ਨਮੂਨਾ ਬਣ ਕੇ ਖੜੇ ਹੋਵੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਕਈ ਲੋਕਾਂ ਨੂੰ ਜੂਏ ਦੀ ਆਦਤ ਹੁੰਦੀ ਕਿਸੇ ਨੂੰ ਲਾਟਰੀਆਂ ਪਾਉਣ ਦੀ ਆਦਤ ਹੁੰਦੀ ਕਿ ਉਹ ਜਦੋਂ ਉੱਥੋਂ ਦੀ ਨੰਗਦਾ ਆ ਕੋਈ ਚੀਜ਼ ਉਹਨੂੰ ਖਿੱਚ ਕੇ ਅੰਦਰ ਨੂੰ ਲੈ ਜਾਂਦੀ ਉਹ ਚਾਹੁੰਦਾ ਆ ਮੈਂ ਨਾ ਜਾਵਾਂ ਪਰ ਨਾ ਚਾਹੁੰਦਿਆਂ ਹੋਇਆ ਵੀ ਉਹ ਕੰਮ ਕਰ ਦਿੰਦਾ ਆ ਪਰ ਜਦੋਂ ਤੁਸੀਂ ਇਸ ਵਿਸ਼ਿਆ ਨੂੰ ਪ੍ਰਾਰਥਨਾ ਵਿੱਚ ਰੱਖੋਗੇ ਪ੍ਰਭੂ ਦੀ ਮਦਦ ਮੰਗੋਗੇ ਪਵਿੱਤਰ ਆਤਮਾ ਦੀ ਮਦਦ ਮੰਗੋਗੇ ਡੈਫੀਨੇਟਲੀ ਪਰਮੇਸ਼ਵਰ ਨੇ ਤੁਹਾਨੂੰ ਆਪਣਾ ਸਟਰੈਂਥ ਦੇ ਦੇਣਾ ਆ ਜ਼ਰੂਰ ਉਹਨੇ ਤੁਹਾਨੂੰ ਆਪਣੇ ਸਮਰਥ ਦੇ ਨਾਲ ਭਰ ਦੇਣਾ ਆ ਔਰ ਤੁਸੀਂ ਬੜੇ ਆਰਾਮ ਦੇ ਨਾਲ ਜੂਏਖਾਨੇ ਦੇ ਅੱਗੋਂ ਦੀ ਲੰਘ ਚੋਗੇ ਲਾਟਰੀਆਂ ਵਾਲੀ ਦੁਕਾਨ ਦੇ ਅੱਗੋਂ ਦੀ ਲੰਘ ਚੋਗੇ ਕੋਈ ਚੀਜ਼ ਤੁਹਾਨੂੰ ਖਿੱਚਣ ਦੇ ਵਿੱਚ ਕਾਮਯਾਬ ਨਹੀਂ ਹੋਊਗੇ ਭਾਵੇਂ ਤੁਹਾਡੇ ਸਾਹਮਣੇ ਬੈਠ ਕੇ ਕੋਈ ਨਸ਼ਾ ਕਰੇ ਤੁਸੀਂ ਤਾਂ ਵੀ ਉਸ ਨਸ਼ੇ ਨੂੰ ਹੱਥ ਨਹੀਂ ਲਾਓਗੇ ਕਿਉਂਕਿ ਪਰਮੇਸ਼ਵਰ ਤੁਹਾਨੂੰ ਇੱਕ ਮਜ਼ਬੂਤ ਮਨ ਬਖਸ਼ਣਗੇ ਇੱਕ ਮਜ਼ਬੂਤ ਇਰਾਦਾ ਬਖਸ਼ਣਗੇ ਇਸੇ ਤਰ੍ਹਾਂ ਮੇਰੀਆਂ ਭੈਣਾਂ ਜਿਹੜੀਆਂ ਚੁਗਲੀਆਂ ਤੋਂ ਆਜ਼ਾਦ ਹੋਣਾ ਚਾਹੁੰਦੀਆਂ ਇਹ ਕਿਸੇ ਨਸ਼ੇ ਦੀ ਆਦਤ ਦੇ ਨਾਲੋਂ ਘੱਟ ਬੁਰੀ ਆਦਤ ਨਹੀਂ ਆ ਉਹ ਛੁੱਟਣਾ ਚਾਹੁੰਦੀਆਂ ਪਰ ਫਿਰ ਵੀ ਕਿਸੇ ਨਾ ਕਿਸੇ ਗੱਲ ਦੇ ਵਿੱਚ ਹੂੰ ਹਾਂ ਕਰਕੇ ਹੰਗਾਰਾ ਦੇ ਲੈਂਦੀਆਂ ਆ ਝੂਠ ਬੋਲਣ ਦੀ ਆਦਤ ਹੋ ਸਕਦੀ ਚੋਰੀਆਂ ਕਰਨ ਦੀ ਆਦਤ ਹੋ ਸਕਦੀ ਆ ਕਿਸੇ ਦੇ ਨਾਲ ਗੁੱਸੇ ਰਹਿਣ ਦੀ ਆਦਤ ਕਿਸੇ ਦੇ ਨਾਲ ਬਿਨ ਮਤਲਬ ਦੇ ਲੜਾਈ ਕਰਨ ਦੀ ਆਦਤ ਆਪਣੇ ਪਤੀ ਦੇ ਆਖੇ ਨਾ ਲੱਗਣ ਦੀ ਆਦਤ ਹੋ ਸਕਦੀ ਜਾਂ ਹੋਰ ਕਈ ਤਰ੍ਹਾਂ ਦੀਆਂ ਬੁਰੀਆਂ ਆਦਤਾਂ ਹੋ ਸਕਦੀਆਂ ਪਰ ਅਗਰ ਤੁਸੀਂ ਉਹਨਾਂ ਆਦਤਾਂ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦੀਆਂ ਆ ਤਉਨਾ ਆਦਤਾਂ ਨੂੰ ਅੱਜ ਪਰਮੇਸ਼ਵਰ ਦੇ ਅੱਗੇ ਰੱਖੋ ਔਰ ਪਰਮੇਸ਼ਵਰ ਤੋਂ ਮੰਗੋ ਕਿ ਪ੍ਰਭੂ ਮੈਨੂੰ ਤੁਹਾਡੀ ਮਦਦ ਦੀ ਜ਼ਰੂਰਤ ਆ ਪ੍ਰਭੂ ਮੈਨੂੰ ਇੱਕ ਨਵਾਂ ਮਨ ਦਿਓ ਜਿਸ ਮਨ ਦੇ ਵਿੱਚ ਚੁਗਲੀਆਂ ਦੇ ਲਈ ਕੋਈ ਇੰਟਰਸਟ ਨਾ ਹੋਵੇ ਜਿਸ ਮਨ ਦੇ ਵਿੱਚ ਚੋਰੀ ਲਈ ਕੋਈ ਥਾਂ ਨਾ ਹੋਵੇ ਜਿਸ ਮਨ 'ਚ ਝੂਠ ਲਈ ਕੋਈ ਥਾਂ ਨਾ ਹੋਵੇ ਮੈਂ ਆਪਣੇ ਪਤੀ ਦੀ ਆਗਿਆਕਾਰੀ ਪਤਨੀ ਬਣਾ ਮੈਂ ਇੱਕ ਪਤਵੰਤ ਇਸਤਰੀ ਬਣਾ ਆਪਣੇ ਉਹਨਾਂ ਸਾਰੇ ਫਰਜ਼ਾਂ ਨੂੰ ਜਿਹੜੇ ਪਰਮੇਸ਼ਵਰ ਨੇ ਰਿਸ਼ਤਿਆਂ ਦੇ ਰਹੀ ਮੇਰੇ ਉੱਤੇ ਠਹਿਰਾਏ ਆ ਮੈਂ ਉਹਨਾਂ ਨੂੰ ਇਮਾਨਦਾਰੀ ਤੇ ਵਫਾਦਾਰੀ ਦੇ ਨਾਲ ਪੂਰੇ ਕਰਾਂ ਇਸੇ ਤਰ੍ਹਾਂ ਭਰਾ ਵੀ ਜਿਹੜੇ ਆਪਣੇ ਰਿਸ਼ਤਿਆਂ ਦੇ ਵਿੱਚ ਫੇਲ ਹੋ ਰਹੇ ਆ ਇੱਕ ਅੱਛਾ ਬੇਟਾ ਬਣਨ ਦੇ ਵਿੱਚ ਨਾ ਕਾਮਯਾਬ ਹੋ ਰਹੇ ਆ ਇੱਕ ਅੱਛਾ ਪਤੀ ਬਣਨ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਰਹੇ ਇੱਕ ਅੱਛਾ ਭਰਾ ਬਣਨ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਰਹੇ ਤੁਸੀਂ ਅੱਜ ਪ੍ਰਭੂ ਤੋਂ ਮੰਗੋ ਕਿ ਪ੍ਰਭੂ ਜਿਹੜੇ ਫਰਜ਼ ਰਿਸ਼ਤਿਆਂ ਦੇ ਰਹੀ ਤੁਸੀਂ ਮੇਰੇ ਜੀਵਨ ਦੇ ਵਿੱਚ ਠਹਿਰਾਏ ਆ ਮੇਰੀ ਮਦਦ ਕਰੋ ਕਿ ਮੈਂ ਉਹਨਾਂ ਫਰਜ਼ਾਂ ਨੂੰ ਪੂਰਿਆ ਕਰਨ ਦੇ ਵਿੱਚ ਕਾਮਯਾਬ ਹੋਵਾਂ ਮੈਂ ਇੱਕ ਅੱਛਾ ਪਿਤਾ ਬਣਨ ਦੇ ਲਈ ਕਾਮਯਾਬ ਹੋ ਸਕਾਂ ਮੈਂ ਇੱਕ ਅੱਛਾ ਵਿਸ਼ਵਾਸੀ ਬਣਨ ਵਿੱਚ ਕਾਮਯਾਬ ਹੋ ਸਕਾਂ ਕਾ ਮੈਂ ਇੱਕ اچھا ਪਤੀ ਬਣਨ ਦੇ ਵਿੱਚ ਕਾਮਯਾਬ ਹੋ ਸਕਾਂ ਮੈਂ ਇੱਕ اچھا ਭਰਾ ਸਾਬਤ ਹੋ ਸਕਾਂ ਅਰ ਪ੍ਰਭੂ ਮੈਂ ਤੁਹਾਡਾ ਪਿਆਰਾ ਬੇਟਾ ਬਣਨ ਦੇ ਵਿੱਚ ਕਾਮਯਾਬ ਹੋ ਸਕਾਂ ਹallelujah ਅੱਜ ਸਾਨੂੰ ਨੇਚਰ ਦੀ ਜ਼ਰੂਰਤ ਹੈ ਅੱਜ ਸਾਨੂੰ ਕੰਫੈਸ਼ਨ ਦੀ ਜ਼ਰੂਰਤ ਹੈ ਸਾਨੂੰ ਇਹ ਦੋ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਨੇਚਾ ਦੇ ਬਿਨਾਂ ਤੁਸੀਂ ਆਪਣੀ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦੇ ਅਗਰ ਤੁਸੀਂ ਕਿਸੇ ਵੀ ਚੀਜ਼ ਤੋਂ ਮੁਕਤੀ ਚਾਹੁੰਦੇ ਆ ਤੁਹਾਨੂੰ ਨੇਚਾ ਕਰਨੀ ਪਵੇਗੀ ਕਿ ਮੁਕਤੀ ਕਿੱਥੋਂ ਆ ਤੁਹਾਨੂੰ ਨੇਚਾ ਕਰਨੀ ਪਵੇਗੀ ਕਿ ਮੁਕਤੀ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਹੈ ਕਿਉਂਕਿ ਮੈਂ ਪਵਿੱਤਰ ਬਾਈਬਲ ਦੇ ਵਿੱਚੋਂ ਪ੍ਰਚਾਰ ਕਰਦੀ ਹਾਂ ਔਰ ਪਵਿੱਤਰ ਬਾਈਬਲ ਦੇ ਅਨੁਸਾਰ ਮੁਕਤੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹੈ ਅਗਰ ਤੁਸੀਂ ਗੁਨਾਹਾਂ ਤੋਂ ਮਾਫੀ ਚਾਹੁੰਦੇ ਆ ਤੁਹਾਨੂੰ ਨੇਚਰ ਦੀ ਜ਼ਰੂਰਤ ਹੈ ਕਿਉਂਕਿ ਮਾਫੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹੈ ਅਗਰ ਅੱਜ ਤੁਸੀਂ ਬਿਮਾਰੀ ਤੋਂ ਸ਼ਿਫਾ ਚਾਹੁੰਦੇ ਆ ਤੁਹਾਨੂੰ ਨੇਚਾ ਕਰਨੀ ਪਵੇਗੀ ਕਿ ਉਹ ਸ਼ਾਫੀ ਪਰਮੇਸ਼ਵਰ ਹੈ ਉਹ ਮਾਈਟੀ ਹੀਲਰ ਹੈ ਉਹ ਯਹੋਵਾ ਰਾਫਾ ਹੈ ਅਰ ਉਹ ਸ਼ਿਫਾ ਦੇਣ ਦੇ ਲਈ ਸਮਰਥੀ ਪਰਮੇਸ਼ਵਰ ਹੈ ਤਾਂ ਤੁਹਾਡੀ ਨੇਚਾ ਅੱਜ ਤੁਹਾਨੂੰ ਬਿਮਾਰੀਆਂ ਤੋਂ ਵੀ ਚੰਗਾ ਕਰੇਗੀ ਅਗਰ ਤੁਸੀਂ ਬਰਕਤ ਲੈਣਾ ਚਾਹੁੰਦੇ ਆ ਤੁਹਾਨੂੰ ਨੇਚਾ ਕਰਨੀ ਪਵੇਗੀ ਕਿ ਉਹ ਯਹੋਵਾ ਯੀਰੇ ਹੈ ਉਹ ਮੁਹਈਆ ਕਰਨ ਵਾਲਾ ਪਰਮੇਸ਼ਵਰ ਹੈ ਉਹ ਵੰਡਣ ਵਾਲਾ ਪਰਮੇਸ਼ਵਰ ਨਾ ਉਮੀਦ ਦੀ ਵਿੱਚ ਉਮੀਦ ਪੈਦਾ ਕਰਨ ਵਾਲਾ ਪਰਮੇਸ਼ਵਰ ਬੀਆਬਾਨ ਦੇ ਵਿੱਚ ਨਦੀਆਂ ਵਹਾਉਣ ਵਾਲਾ ਪਰਮੇਸ਼ਵਰ ਪਰਮੇਸ਼ਰ ਉਜਾੜਾ ਨੂੰ ਬਾਗ ਦੇ ਵਾਂਗ ਵਸਾ ਦੇਣ ਵਾਲਾ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਉਜੜੇ ਹੋਏ ਬਾਗ ਨੂੰ ਹਰਾ ਭਰਾ ਕਰਨ ਦੇ ਲਈ ਸਮਰਥੀ ਆ ਅੱਜ ਤੁਸੀਂ ਆਪਣੀਆਂ ਬਰਕਤਾਂ ਦੇ ਨਾਲ ਉੱਠੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਅਗਰ ਤੁਸੀਂ ਅੱਜ ਚਿੰਨ ਤੇ ਚਮਤਕਾਰ ਦੇਖਣਾ ਚਾਹੁੰਦੇ ਆ ਬਹੁਤ ਲੋਕੀ ਇਹਨਾਂ ਚੀਜ਼ਾਂ ਦੇ ਲਈ ਐਕਸਾਈਟਡ ਰਹਿੰਦੇ ਆ ਉਤਸੁਕਤ ਰਹਿੰਦੇ ਕਿ ਅਸੀਂ ਚਿੰਨ ਤੇ ਚਮਤਕਾਰ ਦੇਖੀਏ ਅਗਰ ਤੁਸੀਂ ਅੱਜ ਚਿੰਨ ਤੇ ਚਮਤਕਾਰ ਦੇਖਣਾ ਚਾਹੁੰਦੇ ਤਾਂ ਵੀ ਤੁਹਾਨੂੰ ਯੀਸੂ ਨਾਮ ਦੇ ਉੱਤੇ ਨੇਚਾ ਕਰਨੀ ਪੈਗੀ ਕਿ ਅੱਜ ਮੇਰੀ ਜ਼ਿੰਦਗੀ ਵਿੱਚ ਚਮਤਕਾਰ ਹੋਏਗਾ ਪ੍ਰਭੂ ਯੀਸੂ ਮਸੀਹ ਦੇ ਨਾਮ ਵਿੱਚ ਡੈਫੀਨੇਟਲੀ ਹੋਏਗਾ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਗਰ ਤੁਸੀਂ ਸਾਈਨ ਮੰਗੋਗੇ ਪਰਮੇਸ਼ਰ ਤੋਂ ਚਿੰਨ ਮੰਗੋਗੇ ਅਰ ਤੁਸੀਂ ਕਹੋਗੇ ਕਿ ਮੈਂ ਨੇਚਰ ਕਰਦਾ ਹਾਂ ਅੱਜ ਮੈਨੂੰ ਮੇਰੇ ਪਰਮੇਸ਼ਰ ਆਪਣਾ ਚਿੰਨ ਦਿੰਦਾ ਹੈ ਤਾਂ ਅੱਜ ਚਿੰਨ ਤੁਹਾਡੀ ਜ਼ਿੰਦਗੀ ਵਿੱਚ ਪ੍ਰਗਟ ਹੋ ਜਾਏਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਣਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਣਾ ਆ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਕੋਲੋਂ ਮੰਗਣਾ ਆ ਪੂਰੀ ਨੇਚਾ ਦੇ ਨਾਲ ਔਰ ਮੰਗਣਾ ਆ ਪਾਪਾਂ ਦੀ ਤੌਬਾ ਕਰਨ ਦੇ ਬਾਅਦ ਦੇ ਵਿੱਚ ਔਰ ਜ਼ਰੂਰ ਅੱਜ ਤੁਸੀਂ ਇਸ ਗਰਾਉਂਡ ਨੂੰ ਇੱਕ ਸੋਲੂਸ਼ਨ ਗਰਾਉਂਡ ਆ ਜਿੱਥੇ ਹਰ ਮੁਸ਼ਕਿਲ ਦਾ ਹੱਲ ਪ੍ਰਭੂ ਆਪਣੇ ਪੁੱਤਰ ਪ੍ਰਭੂ ਯੀਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਆ ਇਸ ਗਰਾਉਂਡ ਨੂੰ ਛੱਡਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਬਰਕਤ ਨੂੰ ਦੇਖੋਗੇ ਆਪਣੇ ਲਾਈਫ 'ਚ ਆਪਣੀ ਟੈਸਟੀਮਨੀ ਨੂੰ ਦੇਖੋਗੇ ਔਰ ਅੱਜ ਤੁਹਾਡੇ ਨਾਲ ਇਹ ਹੋਏਗਾ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਸੋ ਪਰਮੇਸ਼ਵਰ की कृपा हूँ तो हमेशा हमेशा तिकर परमेश्वर के चाण नाल बनी रहे आमे तो ओपन डोर चर्च खुजवाला जिला कपूरथला पंजाब यहाँ होती है हर रोज प्रार्थना सभा यहाँ आकर लोग अपने दुखों बीमारियों दुष्ट आत्माओं और नशे के बंधनों से छुटकारा पाते हैं और परमेश्वर के दास पास्टर डोल जी आई हुई संगत में परमेश्वर के वचन को बांटते हैं खोजवाल चर्च के पास्टर सहबानों की तरफ से मुफ्त में की जाती है सब दुखियों बीमारों के लिए ले हैंड प्रार्थना दस बजे से लेट आने वाली संगत को इस प्रार्थना में नहीं किया जाता शामिल इसलिए समय पे आए और निराशा से बचें।